6 ਸਾਲਾਂ ਬਾਅਦ ਡਿਊਟੀ ਕਰਕੇ ਤੇ ਘਰੋਂ ਲਾਪਤ ਉੱਥੋਂ ਡਿਊਟੀ ਤੋਂ ਲਾਪਤਾ ਹੋ ਗਿਆ ਸੀ ਘਰੋਂ ਡਿਊਟੀ ਗਿਆ ਸੀ ਪਰ ਡਿਊਟੀ ਨਹੀਂ ਪਹੁੰਚਾ ਬਹੁਤ ਖੁਸ਼ੀ ਬਹੁਤ ਉਮੀਦਾਂ ਸੀ ਇਹਦੇ ਕੋ ਕਿ ਤਰੱਕੀ ਕਰੂਗਾ ਘਰ ਦਾ ਕੋਈ ਮਾਹੌਲ ਜਿਹੜਾ ਅੱਛਾ ਹੋਊਗਾ ਪਰ ਅੱਜ ਹਾਲ ਉਹ ਰਹਿ ਗਿਆ ਜੀ ਉਦੋਂ ਹੀ ਵਿਗੜ ਚੁੱਕਾ ਵਾ ਮਾਂ ਬਾਪ ਚਲੇ ਗਏ ਮਾਂ ਵੀ ਚਲੇ ਗਈ ਪਿਓ ਵੀ ਚਲੇ ਗਿਆ ਤੇ ਇੱਕ ਭਰਾ ਵੀ ਚਲੇ ਗਿਆ ਉਹਦੇ ਵਿਯੋਗ ਦੇ ਵਿੱਚ ਕਾਲ ਚਲਾਣਾ ਕਰ ਗਿਆ ਜੀ 30 ਸਾਲ ਪਹਿਲਾਂ ਵਿਛੜ ਕੇ ਇੱਕ ਵਾਰੀ ਫਿਰ ਤੋਂ ਮਿਲਣ ਦੀ ਉਮੀਦ ਜਾਗੀ ਆ ਕਿੰਨੀ ਖੁਸ਼ੀ ਪਰਿਵਾਰ ਤੇ ਹੈਗੀ ਆ ਮੈਨੂੰ ਇਹ ਦੱਸੋ ਵੀ ਮਿਲਿਆ ਕਿਸ ਤਰ੍ਹਾਂ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਾ ਵੀ ਤੁਹਾਡੇ ਜਿਹੜੇ ਭਰਾ ਪ੍ਰਤਾਪ ਸਿੰਘ ਨੂੰ ਉੱਥੇ ਜਿਹੜਾ ਬਧੂਆ ਮਜ਼ਦੂਰ ਬਣਾਇਆ ਗਿਆ ਪਟਿਆਲੇ ਵਿੱਚ ਉੱਥੇ ਗੁਆਂਢ ਅਣਪਣ ਹੋ ਗਈ ਉਹਨਾਂ ਦੀ ਉਹਨਾਂ ਨੇ ਐਸਐਸਪੀ ਸਾਹਿਬ ਦੇ ਦਰਖਾਸਤ ਦੇ ਕੇ ਬਾਅਦ ਦੇ ਵਿੱਚ ਇਹਨੂੰ ਚੌਂਕੀ ਦੇ ਅਰੈਸਟ ਕਰਾਇਆ ਉਸ ਤੋਂ ਬਾਅਦ ਉਹਨਾਂ ਨੇ ਇਹਦਾ ਐਡਰੈਸ ਪੁੱਛ ਕੇ ਸਾਡੇ ਥਾਣੇ ਫੋਨ ਕੀਤਾ ਸਾਡੇ ਘਰਿੰਡੇ ਥਾਣੇ ਫੋਨ ਕੀਤਾ ਉਹਨਾਂ ਥਾਣੇ ਵਾਲਿਆਂ ਨੇ ਸਰਪੰਚ ਨਾਲ ਪਿੰਡ ਦੇ ਨਾਲ ਸੰਪਰਕ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਸਾਨੂੰ ਦੱਸਿਆ ਅਤੇ ਅਸੀਂ ਅਗਲੇ ਦਿਨ ਉਹਦੇ ਕੋਲ ਗਏ ਪ੍ਰਤਾਪ ਉਹ ਸਰ ਉਹ 23 ਸਾਲ ਪਹਿਲਾਂ ਜੇ ਜਵਾਨੀ 'ਚ ਵੇਖਿਆ ਸੀ ਅੱਜ ਉਹ ਵੇਖਣ ਦੇ ਯੋਗ ਵੀ ਨਹੀਂ ਹੈਗਾ ਬਿਲਕੁਲ ਉਹ ਕਾਨੇ ਵਰਗਾ ਸੁੱਕ ਗਿਆ ਵਾ ਨਸ਼ੇ ਦਾ ਆਦੀ ਬਣਿਆ ਵਾ ਨਸ਼ਾ ਪੀ ਜਾਂਦਾ ਨਸ਼ਾ ਪੈ ਜਾਂਦੇ ਆ ਗੱਡੀ 'ਚੋਂ ਉਤਰਦਾ ਉਹਨੇ ਮੈਂ ਉਹਨੂੰ ਪੁੱਛਿਆ ਵੀ ਮੇਰੇ ਪ੍ਰਤਾਪ ਤੂੰ ਮੈਨੂੰ ਪਛਾਣਿਆ ਮੈਨੂੰ ਉਹਨੇ ਕਿਹਾ ਮੇਰਾ ਵੱਡਾ ਭਰਾ ਬ੍ਰਦਰ ਹੈ ਮੇਰਾ ਵੱਡਾ ਭਰਾ ਵਾ ਦਿਲਬਾਗ ਆ ਗਿਆ ਵਾ ਅਤੇ ਮੈਂ ਕਿਹਾ ਪ੍ਰਤਾਪ ਪਿੰਡ ਚੱਲੀਏ ਆਉਂਦਾ ਚੱਲਦੇ ਹਾਂ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਉਹਨੂੰ ਪਤਾ ਨਹੀਂ ਕੋਈ ਜ਼ਹਿਰੀਲੀ ਸ਼ਾਇਦ ਦੇਤੀ ਆ ਜਿਹਦੇ ਨਾਲ ਉਲਟੀਆਂ ਕਰਨ ਲੱਗ ਪਿਆ ਇਹ ਛੋਟਾ ਜਿਹਾ ਕ੍ਰਾਈਮ ਨਹੀਂ ਆ ਇਹ ਬਹੁਤ ਵੱਡਾ ਕ੍ਰਾਈਮ ਆ ਔਰ ਉਸ ਪਰਿਵਾਰ ਨੇ ਜਿਨ੍ਹਾਂ ਨੇ ਇਹ ਪ੍ਰਤਾਪ ਸਿੰਘ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੈ ਉਸਨੇ ਇੱਕ ਛੋਟਾ ਜਿਹਾ ਕ੍ਰਾਈਮ ਨਹੀਂ ਕੀਤਾ ਉਸਨੇ ਇੱਕ ਟ੍ਰਿਪਲ ਮਰਡਰ ਵੀ ਕੀਤਾ ਮਾਂ ਪਿਓ ਦੀ ਮੌਤ ਹੋ ਗਈ ਆ ਇੱਕ ਉਹਦਾ ਭਰਾ ਵਿਯੋਗ ਦੇ ਵਿੱਚ ਮਰ ਗਿਆ ਟ੍ਰਿਪਲ ਮਰਡਰ ਦਾ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ 'ਤੇ ਕਾਰ ਦੀ ਬਹੁਤ ਵੱਡੀ ਨਲਾਇਕੀ ਆ ਕਿ ਉਸ ਕਈਆਂ ਸਾਲਾਂ ਦੇ ਵਿੱਚ ਕਿੰਨੀ ਵਾਰੀ ਮਰਦਮਸ਼ੁਮਾਰੀ ਹੋਈ ਕਿੰਨੇ ਲੋਕਾਂ ਦੇ ਆਧਾਰ ਕਾਰਡ ਬਣੇ ਔਰ ਉੱਥੋਂ ਦੇ ਪ੍ਰਸ਼ਾਸਨ ਨੂੰ ਨਹੀਂ ਪਤਾ ਕਿ ਇਹ ਬੰਦਾ ਇੱਥੇ 23 ਸਾਲ ਤੋਂ ਰਹਿ ਰਿਹਾ ਇਹ ਕੌਣ ਆ ਇਹ ਕੀ ਆ ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬ ਵਿੱਚ ਬਧੂਆ ਮਜ਼ਦੂਰ ਬਣਾ ਕੇ ਉਸ ਤੋਂ ਜਿਹੜਾ ਛੱਦੇ ਟਾਇਆ ਜਾਂਦਾ ਵਾ ਅਤੇ ਉਸ ਨੂੰ ਜਿਹੜਾ ਵਾ ਸੰਗਲਾਂ ਨਾਲ ਬਣ ਕੇ ਉਸ ਤੋਂ ਜਿਹੜਾ ਘਰ ਦਾ ਕੰਮ ਲਿਆ ਜਾਂਦਾ ਵਾ ਡੰਗਰ ਪਸ਼ੂ ਅਤੇ ਹੋਰ ਜਿਹੜੇ ਘਰੇਲੂ ਕੰਮ ਲਏ ਜਾਂਦੇ ਨੇ ਉਸੇ ਤਰ੍ਹਾਂ ਦੀ ਅੱਜ ਜਿਹੜੀ ਸਟੋਰੀ ਕਰਨ ਵਾਸਤੇ ਅਸੀਂ ਆਏ ਹਾਂ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਚੀਚਾ ਵਿਖੇ ਅਤੇ ਗੱਲਬਾਤ ਕਰਾਂਗੇ ਇਸ ਪਰਿਵਾਰ ਦੇ ਨਾਲ ਅਤੇ ਪੁੱਛਾਂਗੇ ਇਸ ਪਰਿਵਾਰ ਦੀ ਕੀ ਕਹਾਣੀ ਕੀ ਆ ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਤੁਹਾਨੂੰ ਕਿ ਇੱਥੋਂ ਦਾ ਰਹਿਣ ਵਾਲਾ ਜਿਹੜਾ ਇੱਕ ਪ੍ਰਤਾਪ ਸਿੰਘ ਪੰਜਾਬ ਪੁਲਿਸ 'ਚ ਐਸ ਪੀ ਓ ਸੀ ਅਤੇ ਐਸ ਪੀ ਓ ਡਿਊਟੀ ਨਿਭਾਉਂਦੇ ਹੋਏ ਬਾਬੇ ਬਕਾਲਾ ਡਿਊਟੀ ਕਰਦਾ ਸੀ 23 ਸਾਲ ਬਾਅਦ ਜਿਹੜਾ ਉਹ ਅੱਜ ਪਰਿਵਾਰ ਨੂੰ ਜਿਹੜਾ ਮਿਲਿਆ ਵਾ ਪਰਿਵਾਰ ਵਿੱਚ ਕਾਫੀ ਖੁਸ਼ੀ ਦੀ ਲਹਿਰ ਆ ਅਤੇ ਗੱਲਬਾਤ ਕਰਾਂਗੇ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਕੀ ਕਹਿਣਾ ਚਾਹੋਗੇ ਬੜੇ 23 ਸਾਲਾਂ ਬਾਅਦ ਲੰਬਾ ਸਮਾਂ ਬਾਅਦ ਤੁਹਾਡਾ ਜਿਹੜਾ ਪ੍ਰਤਾਪ ਸਿੰਘ ਮਿਲਿਆ ਤੁਹਾਨੂੰ ਕੀ ਕਹਿਣਾ ਚਾਹੋਗੇ ਸਰ ਸਨ 1992 ਦੇ ਵਿੱਚ ਭਰਤੀ ਹੋਇਆ ਸੀ ਅਤੇ ਅੱਜ ਅੱਛਾ ਜੀ ਅੱਜ ਉਹਨੂੰ 6 ਸਾਲਾਂ ਬਾਅਦ ਡਿਊਟੀ ਕਰਕੇ ਅਤੇ ਘਰੋਂ ਲਾਪਤ ਉੱਥੋਂ ਡਿਊਟੀ ਤੋਂ ਲਾਪਤਾ ਹੋ ਗਿਆ ਜੀ ਘਰੋਂ ਡਿਊਟੀ ਗਿਆ ਸੀ ਪਰ ਡਿਊਟੀ ਨਹੀਂ ਪਹੁੰਚਾ ਅਤੇ ਉਸ ਤੋਂ ਬਾਅਦ ਅੱਜ ਉਹਦਾ 4-5 ਦਿਨ ਪਹਿਲਾਂ ਖਬਰ ਮਿਲੀ ਆ ਥਾਣੇ ਘਰਿੰਡੇ ਫੋਨ ਆਇਆ ਸੀ ਉਸ ਤੋਂ ਬਾਅਦ ਉਹਨੇ ਸਾਡੇ ਪਿੰਡ ਦੇ ਸਰਪੰਚ ਨਾਲ ਸੰਪਰਕ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਮੁੜ ਕੇ ਸਾਨੂੰ ਦੱਸਿਆ ਮੈਨੂੰ ਇਹ ਦੱਸੋ ਵੀ ਪ੍ਰਤਾਪ ਸਿੰਘ ਬਚਪਨ ਵਿੱਚ ਕਿਸ ਤਰ੍ਹਾਂ ਦਾ ਸੁਭਾਅ ਸੀ ਪਰਿਵਾਰ ਵਿੱਚ ਕੌਣ ਕੌਣ ਸੀ ਅਤੇ ਇਹ ਦੱਸੋ ਵੀ ਜਦੋਂ ਭਰਤੀ ਹੋਇਆ ਸੀ ਕਿ ਕਿਹੜੇ ਸਮੇਂ 'ਚ ਭਰਤੀ ਹੋਇਆ ਸੀ ਕਿਹੜੇ ਸਨ ਵਿੱਚ ਅਤੇ ਕਿੰਨੇ ਸਾਲ ਜਿਹੜੀ ਉਹਨੇ ਡਿਊਟੀ ਕੀਤੀ ਆ ਸਰ ਪਰਿਵਾਰ ਪ੍ਰਤਾਪ ਦਾ ਸੁਭਾਅ ਜਿਹੜਾ ਬਹੁਤ ਚੰਗਾ ਸੀ ਮਿਹਨਤੀ ਬੰਦਾ ਸੀ ਘਰ ਪਿੰਡ ਵੀ ਮਿਹਨਤ ਕਰਦਾ ਸੀ ਕੋਈ ਵੀ ਦਿਹਾੜੀ ਦੱਪਾ ਕਹਿੰਦਾ ਸੀ ਅਤੇ ਉਹਦੇ ਜਾਂਦਾ ਸੀ ਮਤਲਬ ਗਰੀਬ ਪਰਿਵਾਰ ਆ ਦਿਹਾੜੀ ਦੱਪਾ ਸਾਰਾ ਕਰਦੇ ਹਾਂ ਜੀ ਉਹ ਵੀ ਜਾਂਦਾ ਸੀ ਮੈਂ ਵੀ ਜਾਂਦਾ ਉਹ ਵੀ ਕਰਦਾ ਸੀ ਸਾਰੇ ਹੀ ਪਰਿਵਾਰ ਦੇ ਮੈਂਬਰ ਕੰਮ ਕਰਦੇ ਹਾਂ ਉਸ ਤੋਂ ਬਾਅਦ ਇਹ ਭਰਤੀ ਹੋ ਗਿਆ ਭਰਤੀ ਹੋਣ ਤੋਂ ਬਾਅਦ ਇਹਨੇ ਸਨ 1900 'ਚ ਭਰਤੀ ਹੋਇਆ ਵਾ ਅਤੇ ਬਾਅਦ ਦੇ ਵਿੱਚ 6 ਸਾਲ ਡਿਊਟੀ ਕਰਕੇ ਘਰੋਂ ਗਿਆ ਵਾ ਕੰਮ 'ਤੇ ਅਤੇ ਪਰ ਕੰਮ 'ਤੇ ਨਹੀਂ ਪਹੁੰਚਾ ਜੀ ਮੇਰੇ ਦੱਸੋ ਵੀ ਜਦੋਂ ਭਰਤੀ ਹੋਇਆ ਸੀ ਪਰਿਵਾਰ ਵਿੱਚ ਕਿੰਨੀ ਖੁਸ਼ੀ ਦੀ ਲਹਿਰ ਸੀ ਕਿ ਅਸੀਂ ਦੇਖ ਰਹੇ ਹਾਂ ਘਰ ਦੀ ਗਰੀਬੀ ਬਹੁਤ ਆ ਅਤੇ ਬਹੁਤ ਪਛੜਿਆ ਇਲਾਕਾ ਵਾ ਕਹਿ ਸਕਦੇ ਵੀ ਬਾਰਡਰ ਦੇ ਜਿਹੜੇ ਕੋਲ ਆ ਠੀਕ ਹੈ ਨਾ ਪਰਿਵਾਰ ਵਿੱਚ ਕਿੰਨੇ ਜੀ ਸੀ ਤੁਹਾਡੇ ਤੁਸੀਂ ਕੀ ਕੰਮ ਕਰਦੇ ਸੀ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਸੀ ਵੇਖੋ ਜੀ ਪਰਿਵਾਰ ਦੇ ਵਿੱਚ ਅਸੀਂ 6 ਜੀ ਹਾਂ ਮਾਂ ਬਾਪ ਆ ਕੇ 4 ਅਸੀਂ ਭਰਾ ਵਾਂ 1-2 ਮਾਂ ਬਾਪ ਸੀ ਅਤੇ ਕਾਫੀ ਘਰ ਦਾ ਮਿਹਨਤ ਸਾਰੇ ਕਰਦੇ ਸੀ ਅਤੇ ਜਦੋਂ ਇਹ ਪ੍ਰਤਾਪ ਸਿੰਘ ਨੌਕਰੀ 'ਤੇ ਲੱਗ ਗਿਆ ਘਰ ਦਾ ਪਰਿਵਾਰ ਸਾਰਾ ਖੁਸ਼ਹਾਲ ਸੀ ਬਹੁਤ ਖੁਸ਼ੀ ਬਹੁਤ ਉਮੀਦਾਂ ਸੀ ਇਹਦੇ ਕੋਲ ਵੀ ਤਰੱਕੀ ਕਰੂਗਾ ਘਰ ਦਾ ਕੋਈ ਮਾਹੌਲ ਜਿਹੜਾ ਅੱਛਾ ਹੋਊਗਾ ਪਰ ਅੱਜ ਹਾਲ ਉਹ ਰਹਿ ਗਿਆ ਜੀ ਉਦੋਂ ਹੀ ਵਿਗੜ ਚੁੱਕਾ ਵਾ
ਤਨਖਾਹ ਦਾ ਸਾਰਾ ਮਾਹੌਲ ਜਿਹੜਾ ਖਰਾਬ ਹੋ ਚੁੱਕਾ ਜੀ। ਪਰ ਮੈਨੂੰ ਇਹ ਦੱਸੋ ਵੀ ਜਦੋਂ ਕਿ ਪਰਿਵਾਰ ਵਿੱਚੋਂ ਕਿਸੇ ਨੂੰ ਸਰਕਾਰੀ ਨੌਕਰੀ ਮਿਲਦੀ ਆ, ਪਰਿਵਾਰ 'ਚ ਬੜੀ ਖੁਸ਼ੀ ਦੀ ਲਹਿਰ ਹੁੰਦੀ ਆ ਵੀ ਸੋਚਦੇ ਨੇ ਵੀ ਘਰ ਦਾ ਜਿਹੜਾ ਵਾ ਜਿਹੜਾ
ਦਿੰਦਾ ਸੀ ਤਨਖਾਹ ਦੇ ਵਿੱਚੋਂ ਜਿੰਨਾ ਵੀ ਉਹਦਾ ਖਰਚਾ ਉਹਦਾ ਨਿਕਲਦਾ ਸੀ ਉਹ ਦਿੰਦਾ ਸੀ ਸਾਰਾ ਠੀਕ ਹੈ ਜੀ ਤੇ ਪਰਿਵਾਰ ਜਿਹੜਾ ਮਾਂ ਪਿਓ ਤੇ ਬਹੁਤ ਖੁਸ਼ ਸੀ ਭਰਾ ਵੀ ਜਿਹੜੇ ਬਿਲਕੁਲ ਜ਼ਿਆਦਾ ਖੁਸ਼ ਸੀ ਪਰ ਅੱਜ ਮਾਹੌਲ ਜਿਹੜਾ ਜੀ ਉਹ ਬਹੁਤ ਵਿਗੜ ਚੁੱਕਾ ਸਾਰੇ ਦੁਖੀ ਹੋ ਗਏ ਉਹਦੇ ਜਾਣ ਕਰਕੇ ਬਹੁਤ ਮਗਰੋਂ ਦੋ ਭੈਣ ਭਰਾ ਦੋ ਮਾਂ ਬਾਪ ਚਲੇ ਗਏ ਮਾਂ ਵੀ ਚਲੇ ਗਈ ਪਿਓ ਵੀ ਚਲੇ ਗਿਆ ਤੇ ਇੱਕ ਭਰਾ ਵੀ ਚਲੇ ਗਿਆ ਉਹਦੇ ਵਿਯੋਗ ਦੇ ਵਿੱਚ ਕਾਲ ਚਲਾਣਾ ਕਰ ਗਿਆ ਜੀ ਤੇ ਮੈਨੂੰ ਇਸ ਤੋਂ ਵੀ ਜਦੋਂ ਪ੍ਰਤਾਪ ਸਿੰਘ ਤੁਹਾਡੇ ਕੋਲ ਆਇਆ ਸੀ ਤੇ ਲਾਸਟ ਟਾਈਮ ਤੇ ਉਹ ਕਦੋਂ ਆਇਆ ਸੀ ਤੁਹਾਡੇ ਕੋਲ ਤੇ ਡਿਊਟੀ ਕਦੋਂ ਗਿਆ ਸੀ ਉਸ ਤੋਂ ਬਾਅਦ ਤੇ ਕਿੱਥੇ ਜਿਹੜਾ ਗਿਆ ਉਹ ਕਿਉਂ ਨਹੀਂ ਦਿਖਾਈ ਦਿੰਦਾ ਡਿਊਟੀ ਦੇ ਉਹ ਵੇਖੋ ਜੀ ਸਾਨੂੰ ਤਾਂ ਪਤਾ ਨਹੀਂ ਘਰੋਂ ਤੇ ਡਿਊਟੀ ਤੇ ਗਿਆ ਜੀ ਸਾਨੂੰ ਉਸ ਤੋਂ ਬਾਅਦ ਮਿਲਿਆ ਨਹੀਂ ਉਹ ਅਸੀਂ ਲੱਭਣ ਦੀ ਉਹਨੂੰ ਬੜੀ ਕੋਸ਼ਿਸ਼ ਕੀਤੀ ਆ ਪਰ ਸਾਨੂੰ ਉਹ ਨਹੀਂ ਮਿਲਿਆ ਮਾਂ ਬਾਪ ਵੀ ਬਜ਼ੁਰਗ ਹੀ ਜਾਂਦੇ ਰਹੇ ਵਿਚਾਰੇ ਉਹ ਸਾਰੇ ਜਿੱਥੇ ਕੋਈ ਦੱਸਦਾ ਸੀ ਜਾਂਦੇ ਰਹੇ ਪਰ ਉਹਦਾ ਕੋਈ ਪਤਾ ਸੁਰ ਨਹੀਂ ਲੱਗਾ ਜੀ ਪਰ ਮੈਨੂੰ ਇਹ ਸੋਪੀ ਕਿੱਥੇ ਕਿਤੇ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਪੁਲਿਸ ਦਾ ਮਹਿਕਮਾ ਵਾ ਕਦੀ ਅਫਸਰਾਂ ਨਾਲ ਗੱਲਬਾਤ ਕੀਤੀ ਵੀ ਸਾਡਾ ਜਿਹੜਾ ਭਰਾ ਵਾ ਘਰੋਂ ਡਿਊਟੀ ਤੇ ਗਿਆ ਸੀ ਡਿਊਟੀ ਤੇ ਪਹੁੰਚਿਆ ਨਹੀਂ ਆ 23 ਸਾਲ ਲੰਮਾ ਸਮਾਂ ਹੋ ਗਿਆ ਵਾ ਕਿੱਥੇ ਗਿਆ ਵਾ ਉਹ ਵੇਖੋ ਜੀ ਉਹ ਦਫ਼ਤਰ ਦੀ ਪੁਲਿਸ ਆਉਂਦੀ ਜੀ ਦਫ਼ਤਰੋਂ ਵੀ ਪੁਲਿਸ ਆਈ ਸੀ ਥਾਣੇ ਸਾਡੇ ਘਰੇਂਡੇ ਵੀ ਆਈ ਜਿੱਥੇ ਕੰਮ ਕਰਦਾ ਸੀ ਉੱਥੋਂ ਵੀ ਆਈ ਸੀ ਉਹਨਾਂ ਨੂੰ ਇਹ ਵੀ ਕਿਹਾ ਜੀ ਸਾਡੇ ਕੋਲ ਸਾਨੂੰ ਉਹ ਨਹੀਂ ਲੱਭਦਾ ਜੇ ਤੁਹਾਨੂੰ ਲੱਭਦਾ ਤੇ ਤੁਸੀਂ ਲੱਭ ਲਓ ਮਹਾਰਾਜ ਤੇ ਸਾਨੂੰ ਨਹੀਂ ਲੱਭਾ ਜੀ ਪਰ ਕੀ ਲੱਗਦਾ ਵੀ ਪਰਿਵਾਰ ਵਾਲਿਆਂ ਨੇ ਇੱਕ ਵਾਰੀ ਜਿਹੜੀ ਆ ਕਹਿ ਸਕਦੇ ਵੀ ਉਮੀਦ ਜਿਹੜੀ ਖਤਮ ਕਰ ਦਿੱਤੀ ਸੀ ਵੀ ਸ਼ਾਇਦ ਜਿਹੜਾ ਤੁਹਾਡਾ ਭਰਾ ਵਾ ਉਹ ਇਸ ਦੁਨੀਆ ਤੇ ਨਹੀਂ ਹੈਗਾ ਹਾਂਜੀ ਇਸੇ ਤਰ੍ਹਾਂ ਦੀ ਉਮੀਦ ਸੀ ਅਸੀਂ ਵੇਖੋ ਜੀ ਅਸੀਂ ਤਾਂ ਕੁਛ ਇਹੋ ਕਰਦੇ ਵੀ ਹੋ ਸਕਦਾ ਕਿਸੇ ਨੇ ਮਾਰ ਮੂਰ ਨਾ ਦਿੱਤਾ ਵੇ ਵੀ ਟਾਈਮ ਖਰਾਬ ਹੈ ਪਤਾ ਨਹੀਂ ਹੋ ਸਕਦਾ ਕਿਸੇ ਨੇ ਮਾਰ ਵੀ ਦਿੱਤਾ ਵੇ ਕੋਈ ਵੱਡੀ ਗੱਲ ਨਹੀਂ ਆ ਪਰ ਅਸੀਂ ਅਜੇ ਮਨ ਜਿਹੜਾ ਵਿੱਚੋਂ ਜਾਗਦਾ ਵੀ ਸ਼ਾਇਦ ਕਿਤੇ ਕੋਈ ਪਤਾ ਨਹੀਂ ਆ ਪਰ ਕੁਛ ਤੇ ਲੱਗਦੇ ਵੀ ਇੱਕ ਮੈਨੂੰ ਇਹ ਕਹਿ ਲਾਉਣੇ ਵੀ ਹੋ ਸਕਦਾ ਵੀ ਕਿਤੇ ਮਾਰ ਵੀ ਦਿੱਤਾ ਵੇ ਤਾਂ ਵੱਡੀ ਗੱਲ ਵੀ ਕੋਈ ਨਹੀਂ ਆ ਪਰ ਕੀ ਲੱਗਦਾ ਵੀ ਇੱਕ ਵਾਰੀ ਕਹਿ ਸਕਦੇ ਵੀ ਇੰਨਾ ਲੰਮਾ ਸਮਾਂ ਵਾ 23 ਸਾਲ ਤੋਂ ਬਾਅਦ ਇੱਕ ਵਾਰੀ ਫਿਰ ਜਿਹੜੀ ਹੈ ਤੁਹਾਡੀ ਜਿਹੜੀ ਆਸ ਦੀ ਕਿਰਨ ਜਾਗੀ ਆ ਤੁਹਾਡਾ ਜਿਹੜਾ ਭਰਾ ਵਾ ਪ੍ਰਤਾਪ ਸਿੰਘ 23 ਸਾਲ ਪਹਿਲਾਂ ਵਿਛੜ ਕੇ ਇੱਕ ਵਾਰੀ ਫਿਰ ਤੋਂ ਮਿਲਣ ਦੀ ਉਮੀਦ ਜਾਗੀ ਆ ਕਿੰਨੀ ਖੁਸ਼ੀ ਪਰਿਵਾਰ 'ਚ ਹੈਗੀ ਆ ਮੈਨੂੰ ਇਹ ਦੱਸੋ ਵੀ ਮਿਲਿਆ ਕਿਸ ਤਰ੍ਹਾਂ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਜਿਹੜੇ ਭਰਾ ਪ੍ਰਤਾਪ ਸਿੰਘ ਨੂੰ ਉੱਥੇ ਜਿਹੜਾ ਬਧੂਆ ਮਜ਼ਦੂਰ ਬਣਾਇਆ ਗਿਆ ਪਟਿਆਲੇ ਵਿੱਚ ਕਿਸ ਤਰ੍ਹਾਂ ਲੱਗਾ ਪਤਾ ਹੈ ਇਹ ਵੇਖੋ ਜੀ ਇਹ ਪਟਿਆਲੇ ਸ਼ਹਿਰ ਤੋਂ ਉੱਥੋਂ ਜਿੱਥੇ ਰਹਿ ਰਿਹਾ ਸੀ ਉੱਥੇ ਗੁਆਂਢ ਅਣਪਣ ਹੋ ਗਈ ਉਹਨਾਂ ਦੀ ਉਹਨਾਂ ਨੇ SSP ਸਾਹਿਬ ਦੇ ਦਰਖਾਸਤ ਦੇ ਕੇ ਬਾਅਦ ਦੇ ਵਿੱਚ ਇਹਨੂੰ ਚੌਂਕੀ ਦੇ ਅਰੈਸਟ ਕਰਾਇਆ ਉਸ ਤੋਂ ਬਾਅਦ ਉਹਨਾਂ ਨੇ ਇਹਦਾ ਐਡਰੈਸ ਪੁੱਛ ਕੇ ਸਾਡੇ ਥਾਣੇ ਫੋਨ ਕੀਤਾ ਸਾਡੇ ਘਰਿੰਡੇ ਥਾਣੇ ਫੋਨ ਕੀਤਾ ਉਹਨਾਂ ਥਾਣੇ ਵਾਲਿਆਂ ਨੇ ਸਰਪੰਚ ਨਾਲ ਪਿੰਡ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਸਾਨੂੰ ਦੱਸਿਆ ਤੇ ਅਸੀਂ ਅਗਲੇ ਦਿਨ ਉਹਦੇ ਕੋਲ ਗਏ ਪ੍ਰਤਾਪ ਦੇ ਪਰ ਇਹ ਤੁਸੀਂ ਜਦੋਂ ਪ੍ਰਤਾਪ ਕੋ ਗਏ ਸੀ ਕੀ ਹਾਲਾਤ ਸੀ ਪ੍ਰਤਾਪ ਦੇ ਕਿਸ ਤਰ੍ਹਾਂ ਦੇਖਿਆ ਸੀ ਜਦੋਂ ਦੇਖਿਆ ਸੀ 23 ਸਾਲ ਪਹਿਲਾਂ ਜਵਾਨ ਸੀ ਹੁਣ ਕੀ ਹਾਲਾਤ ਸੀ ਪ੍ਰਤਾਪ ਦੇ ਕਿਸ ਤਰ੍ਹਾਂ ਦੀ ਕੰਡੀਸ਼ਨ ਸੀ ਇਹਦੀ ਉਹ ਸਰ ਉਹ 23 ਸਾਲ ਪਹਿਲਾਂ ਜੇ ਜਵਾਨੀ 'ਚ ਵੇਖਿਆ ਸੀ ਅੱਜ ਉਹ ਵੇਖਣ ਦੇ ਯੋਗ ਵੀ ਨਹੀਂ ਹੈਗਾ ਬਿਲਕੁਲ ਉਹ ਕਾਨੇ ਵਰਗਾ ਸੁੱਕ ਗਿਆ ਵਾ ਨਸ਼ੇ ਦਾ ਆਦੀ ਬਣਿਆ ਵਾ ਨਸ਼ਾ ਪੀ ਜਾਂਦਾ ਨਸ਼ਾ ਪਿਆਈ ਜਾਂਦੇ ਆ ਇੱਕ ਉਹਦਾ ਉਹਨੇ ਮੈਨੂੰ ਗੱਡੀ 'ਚੋਂ ਉਤਰਦਾ ਉਹਨੇ ਮੈਂ ਉਹਨੂੰ ਪੁੱਛਿਆ ਵੀ ਮੇਰੇ ਪ੍ਰਤਾਪ ਤੂੰ ਮੈਨੂੰ ਪਛਾਣਿਆ ਮੈਨੂੰ ਉਹਨੇ ਕਿਹਾ ਮੇਰਾ ਵੱਡਾ ਭਰਾ ਬ੍ਰਦਰ ਹੈ ਮੇਰਾ ਮੇਰਾ ਵੱਡਾ ਭਰਾ ਵਾ ਦਿਲਬਾਗ ਆ ਗਿਆ ਵਾ ਅਤੇ ਮੈਂ ਕਿਹਾ ਪ੍ਰਤਾਪ ਪਿੰਡ ਚੱਲੀਏ ਆਉਂਦਾ ਚੱਲਦੇ ਹਾਂ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਉਹਨੂੰ ਪਤਾ ਨਹੀਂ ਕੋਈ ਜ਼ਹਿਰੀਲੀ ਸ਼ਾਇਦ ਦੇਤੀ ਆ ਜਿਹਦੇ ਨਾਲ ਉਲਟੀਆਂ ਕਰਨ ਲੱਗ ਪਿਆ ਜੀ ਪਰ ਮੈਨੂੰ ਦੱਸੋ ਵੀ ਜਦੋਂ ਜਿੰਨਾ ਕੋਲ ਰੱਖਿਆ ਸੀ ਬਧੂਆ ਬਧੂਰ ਬਣਾ ਕੇ ਉਸ ਨੂੰ ਉਹਨੂੰ ਜਿਹੜਾ ਨਸ਼ਾ ਕਿਉਂ ਦਿੰਦੇ ਸੀ ਵੀ ਨਸ਼ੇ ਦੇਣ ਦਾ ਕਾਰਨ ਕੀ ਸੀ ਉਹ ਸਰ ਉਹ ਸੋਚਦੇ ਹੋਣਗੇ ਨਸ਼ੇ ਦੇ ਨਾਲ ਕੰਮ ਕਰੂਗਾ ਇਹਦਾ ਪਿੱਛੇ ਦਾ ਚੇਤਾ ਭੁੱਲ ਜੂ ਇਹਨੂੰ ਪਿੱਛੇ ਦਾ ਚੇਤਾ ਨਾ ਰਵੇ ਉਹ ਨਸ਼ਾ ਇਸ ਕਰਕੇ ਦੇ ਰਹੇ ਸੀ ਉਹਨੂੰ ਵੀ ਇਹਦੀ ਬੁੱਧੀ ਭ੍ਰਿਸ਼ਟ ਹੋ ਜੂਗੀ ਇਹਨੂੰ ਚੇਤਾ ਨਾ ਉਹ ਆਪਣੇ ਮਾਂ ਬਾਪ ਦਾ ਪਰ ਕੀ ਕਹਿਣਾ ਚਾਹੋਗੇ ਸੋਚਿਆ ਸੀ ਵੀ ਇਸ ਤਰ੍ਹਾਂ ਤੁਹਾਡਾ ਜਿਹੜਾ ਵਾਕਿਆ ਹੋ ਜੂਗਾ ਕਿਉਂਕਿ ਜਦੋਂ ਨੌਕਰੀ ਮਿਲਦੀ ਆ ਬੜੀ ਖੁਸ਼ੀ ਹੁੰਦੀ ਆ ਪਿੰਡ 'ਚ ਵੀ ਪਰਿਵਾਰ 'ਚ ਵੀ ਸਾਡੀ ਜਿਹੜੀ ਘਰ ਦੀ ਗਰੀਬੀ ਜਿਹੜੀ ਉਹ ਧੋਤੀ ਜਾਊਗੀ ਪਰ ਥੋੜ੍ਹੇ ਜਿਹਾ ਸਮਾਂ ਡਿਊਟੀ ਨਿਭਾ ਕੇ ਅੱਜ ਲੱਗਦਾ ਵੀ ਉਸ ਜਿਹੜਾ ਜੇਕਰ ਸਮੇਂ ਸਿਰ ਡਿਊਟੀ ਨਿਭਾਉਂਦਾ ਤਾਂ ਆਦਿ ਸ਼ਾਇਦ ਵੱਡੇ ਅਫਸਰ ਬਣਿਆ ਹੁੰਦਾ ਹਾਂਜੀ ਸਰ ਉਹਦੇ ਨਾਲ ਦੇ ਜਿਹੜੇ ਬੰਦੇ ਅਫਸਰ ਬਣ ਗਿਆ ਇਹ ਸਹੀ ਬਣ ਗਿਆ ਵਾ ਸਾਡੇ ਪਿੰਡ ਦਾ ਕੋ ਨਾਲ ਉਹਦੇ ਰਿਸ਼ਤੇਦਾਰ ਆ ਉਹ ਡਿਊਟੀ ਕਰਦਾ ਸੀ ਉਹਦੇ ਕੋਲ SI ਦਾ ਰੰਗ ਹੈ ਜੀ ਅੱਜ ਛੋਟਾ ਥਾਣੇਦਾਰ ਜਾਣੀ ਕਿ ਅਤੇ ਅਸੀਂ ਉਸ ਚੀਜ਼ ਨੂੰ ਸੋਚਦੇ ਹਾਂ ਅਤੇ ਰੋਣ ਵੀ ਆਉਂਦਾ ਦੁਖੀ ਵੀ ਹੋ ਗਏ ਹਾਂ ਇਹ ਗੱਲ ਤੋਂ ਵੀ ਸਾਡਾ ਭਰਾ ਜੀਂਦਾ ਹੁੰਦਾ ਤਾਂ ਚੰਗੇ ਕੌਦੇ ਤੇ ਆਉਣਾ ਸੀ ਉਹਨੇ ਅਤੇ ਸਾਡੀ ਪਿੰਡ 'ਚ ਟੋਰ ਹੋਣੀ ਬਿਲਕੁਲ ਤੁਸੀਂ ਮਾਨਣਾ ਭਰੋ ਕਿਉਂਕਿ ਬੜੇ ਚਿਰ ਬਾਅਦ ਪਰਮਾਤਮਾ ਨੇ ਸੁਣੀ ਆ ਕਿਉਂਕਿ ਆਸ ਦੀ ਕਿਰਨ ਇਹਨਾਂ ਜਿਹੜੀ ਇਹਨਾਂ ਸਾਹਮਣੇ ਆਈ ਆ ਕਿਉਂਕਿ ਇਹਨਾਂ ਨੇ ਸੋਚਿਆ ਵੀ ਸ਼ਾਇਦ ਜਿਹੜਾ ਇਹਨਾਂ ਦਾ ਭਰਾ ਜਿਹੜਾ ਵਾ ਉਹ ਸ਼ਾਇਦ ਦੁਨੀਆ 'ਤੇ ਨਹੀਂ ਰਿਹਾ ਪਰ ਕਿਤੇ ਕਿਤੇ ਕਹਿੰਦੇ ਵੀ ਪਰਮਾਤਮਾ ਵਾ ਦੇ ਰਿਹਾ ਦੇ ਨਹੀਂ ਹੈਗਾ ਪਰਮਾਤਮਾ ਨੇ ਇਹੀ ਕਿਰਨ ਜਿਹੜੀ ਦਿਖਾਈ ਇਹਨਾਂ ਨੂੰ ਕਿ ਅੱਜ ਜਿਹੜਾ 23 ਸਾਲਾਂ ਬਾਅਦ ਜਿਹੜਾ ਇਹਨਾਂ ਦਾ ਭਰਾ ਪ੍ਰਤਾਪ ਜਿਹੜਾ ਵਿਛੜਿਆ ਉਹ ਜਿਹੜਾ ਮਿਲਿਆ ਵਾ ਪਰ ਕਿਤੇ ਕਿਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਵੀ ਆ ਥੋੜ੍ਹਾ ਮਨ 'ਚ ਦੁੱਖ ਵੀ ਆ ਕਿਉਂਕਿ ਉਹਨਾਂ ਦਾ ਭਰਾ
अज उन्होंने नाल हों तेईस साल नौकरी की होंगी अज वधिया रैंक के जो नाल के जे चंगे मुलाजम जो बने पे आ पर दसो मैनू भी किस तरह पता लगा भी तुहाडे जिहड़े भरा नूं जिहड़ा वो जहर दिता गया वा तुहानूं किस तरह पता लगा वो सर पता कि जो अं उन्हूं पुलिस चौंकी खड़िया होना उत्थों लिखत पढ़ के अं करके फिर ही लाने उदा लिया नहीं सकते पर जो तो कोई चौंकी केस करके खड़िया है उदों उल्टियां करन लग पए चौंकी दे विच वाइट रंग दियां उन्हें उल्टियां कीतियां चिट्टे रंग दियां तो सानूं पता लग गया उहदे विचों वाशन आ रही स्मैल आ रही भी इन्हें कोई दवाई वगैरह जहर खाधा वा हुण हालात की ने प्रताप दे ते तुसीं लै के क्यों नहीं आए अपने कोल उहनूं हजे तक वेखो सर जदों उन्हां ने ਰਜਿੰਦਰਾ ਹਸਪੀਟਲ 'ਚ ਦਾਖਲ ਕਰਵਾਇਆ ਸੀ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਇਹ ਹੁਣ ਇਲਾਜ ਵੀ ਇਹ ਕਰਾਉਣਗੇ ਅਸੀਂ ਅੰਮ੍ਰਿਤਸਰੋਂ ਆਣ ਕੇ ਇਲਾਜ ਕਿੱਦਾਂ ਕਰਾ ਸਕਦੇ ਹਾਂ ਅਤੇ ਨਾਲੇ ਸਾਡੇ ਕੋਲ ਤਾਂ ਪੈਸਾ ਕੋਈ ਨਹੀਂ ਹੈਗਾ ਵੀ ਅਸੀਂ ਜਿਹੜਾ ਐਡੀ ਦੂਰ ਜਾ ਕੇ ਉਹਨਾਂ ਦਾ ਇਲਾਜ ਕਰਾ ਸਕੀਏ ਉਹ ਹੁਣ ਇਲਾਜ ਕਰਾਉਣਗੇ ਆਪੇ ਉਹ ਕਰਾਉਣਗੇ ਪਰ ਕਿਤੇ ਮਨ 'ਚ ਇਹ ਵੀ ਦੁੱਖ ਨਹੀਂ ਲੱਗਦਾ ਵੀ ਜੇਕਰ ਪ੍ਰਤਾਪ ਤੁਹਾਡੇ ਕੋਲ ਹੁੰਦਾ ਅਤੇ ਅੱਜ ਸ਼ਾਇਦ ਆਪਣੇ ਪਰਿਵਾਰ ਵਾਲਾ ਹੁੰਦਾ ਆਪਣੇ ਬਾਲ ਬੱਚੇਦਾਰ ਹੁੰਦਾ ਅੱਜ ਵਧੀਆ ਰੈਂਕ 'ਤੇ ਹੁੰਦਾ ਘਰ ਦੇ ਜਿਹੜੇ ਧੋਣੇ ਧੋ ਦਿੰਦਾ ਕਿਉਂ ਅਸੀਂ ਦੇਖ ਰਹੇ ਘਰ 'ਚ ਬੜੀ ਗਰੀਬੀ ਆ ਅੱਜ ਵੀ ਜਿਹੜੇ ਕਹਿ ਸਕਦੇ ਵੀ ਜਿਹੜੇ ਬਾਲੇ ਵਾਲੀ ਛੱਤ ਆ ਅੱਜ ਤੁਸੀਂ ਦਿਹਾੜੀ ਲਾਉਣ ਮਜਬੂਰ ਹੋ ਰਹੇ ਹੋ ਰੋਟੀ ਤੋਂ ਅੱਤਰ ਹੋ ਗਏ ਜੇ ਕੀ ਕਹਿਣਾ ਚਾਹੋਗੇ ਸਰ ਉਹ ਤਾਂ ਠੀਕ ਹੈ ਤੁਹਾਡੀ ਗੱਲ ਜਦੋਂ ਘਰ 'ਚ ਕੰਮ ਕਰਦਾ ਆਪਣੀ ਇਮਾਨਦਾਰੀ ਨਾਲ ਕੰਮ ਹੁੰਦਾ ਜਾਂਦਾ ਕੰਮ 'ਤੇ ਅਤੇ ਘਰ ਦੇ ਵਿੱਚ ਪੈਸੇ ਆਉਂਦੇ ਤਾਂ ਆਪੇ ਘਰ ਦਾ ਹਾਲਾਤ ਸਿੱਧੇ ਹੋ ਜਾਣੇ ਸੀ ਘਰ ਦੇ ਹਾਲਾਤ ਉਦੋਂ ਵੀ ਜ਼ਿਆਦਾ ਵਿਗੜ ਗਏ ਵਿਗੜ ਚੁੱਕੇ ਆ ਪੈਸੇ ਘਰ ਦੇ ਵਿੱਚ ਆਉਂਦੇ ਤਾਂ ਫਿਰ ਹੀ ਘਰ ਦੀ ਹਾਲਾਤ ਬਦਲਣੇ ਜਦੋਂ ਪੈਸਾ ਨਹੀਂ ਕੁਛ ਆਇਆ ਤਾਂ ਹਾਲਾਤ ਨਹੀਂ ਬਦਲਦੇ ਹੁਣ ਕੀ ਕਹਿ ਰਹੇ ਹੋ ਤੁਸੀਂ ਕਦੋਂ ਲੈ ਕੇ ਆਓਗੇ ਪ੍ਰਤਾਪ ਨੂੰ ਕਿਉਂਕਿ ਸਾਰੇ ਪਰਿਵਾਰ ਦੀਆਂ ਅੱਖਾਂ ਜਿਹੜੀਆਂ ਉਡੀਕ ਰਹੀਆਂ ਨੇ ਬੱਚੇ ਤੱਕ ਉਡੀਕ ਰਹੇ ਨੇ ਵੀ ਸਾਡਾ ਜਿਹੜਾ ਚਾਚਾ ਘਰੇ ਆਵੇ ਅਤੇ ਕੀ ਕਹਿਣਾ ਚਾਹੋਗੇ ਕਦੋਂ ਪ੍ਰਤਾਪ ਨੂੰ ਲਿਆਓਗੇ ਅੰਮ੍ਰਿਤਸਰ ਵੇਖੋ ਜੀ ਕੱਲ੍ਹ ਅਸੀਂ SSP ਸਾਹਿਬ ਦੇ ਦਰਖਾਸਤ ਦਿੱਤੀ ਆ ਸਵੇਰੇ ਉਹਨਾਂ ਕੋਲ ਜਾਣਾ ਵਾ ਵੇਖੋ ਕੀ ਉਹ ਦੱਸਦੇ ਆ ਫਿਰ ਤੁਹਾਨੂੰ ਦੱਸਾਂਗੇ ਜੀ ਕੱਲ੍ਹ ਅਸੀਂ ਜਾ ਰਹੇ ਹਾਂ ਉਹਨਾਂ ਕੋਲ SSP ਸਾਹਿਬ ਕੋਲ ਦਰਖਾਸਤ ਪਰਸੋਂ ਦੀ ਦਿੱਤੀ ਆ ਅਤੇ ਉਹ ਜਿੱਦਾਂ ਪ੍ਰਸ਼ਾਸਨ ਸਾਡੀ ਮਦਦ ਕਰੂਗਾ ਉਹਦੇ ਹਿਸਾਬ ਨਾਲ ਅਸੀਂ ਚੱਲਾਂਗੇ ਪਰ ਲਾਸਟ ਸਵਾਲ ਮੇਰਾ ਜੀ ਕੀ ਕਹਿਣਾ ਚਾਹੋਗੇ ਮਹਿਕਮੇ ਦਾ ਮੁਲਾਜ਼ਮ ਸੀ ਉਹ SPO ਭਰਤੀ ਹੋਇਆ ਸੀ ਮਹਿਕਮੇ ਵਾਲਿਆਂ ਨੇ ਪੰਜਾਬ ਪੁਲਿਸ ਵਾਲੇ ਕਿਉਂ ਨਹੀਂ ਜਿਹੜੀ ਉਹਦੀ ਦੇਖਭਾਲ ਕੀਤੀ ਜਾਏ ਜਾਂ ਕਿਉਂ ਨਹੀਂ ਉਹਦੀ ਖੋਜ ਕੀਤੀ ਵੀ ਸਾਡਾ ਜਿਹੜਾ ਮੁਲਾਜ਼ਮ ਹੈ ਘਰੋਂ ਡਿਊਟੀ 'ਤੇ ਆਇਆ ਵਾ ਤਾਂ ਪਹੁੰਚ ਜਾਣੀ ਆ ਕਿੱਥੇ ਗਿਆ ਹੋਊਗਾ ਹਾਂਜੀ ਅਸੀਂ ਅਸੀਂ ਤਾਂ ਵੇਖੋ ਜੀ ਅਸੀਂ ਤਾਂ ਉਹਨਾਂ ਨੂੰ ਦੱਸ ਸਕਦੇ ਉਹਨਾਂ ਨੂੰ ਦੱਸਿਆ ਸੀ ਵੀ ਉਹ ਨਾ ਦਿਓ ਘਰ ਹੀ ਜੇ ਉਹ ਕਹਿੰਦੇ ਵੀ ਸਾਨੂੰ ਨਹੀਂ ਤੁਸੀਂ ਉਹਦੀ ਭਾਲ ਕਰੋ ਅਸੀਂ ਤਾਂ ਬਥੇਰੀ ਕੀਤੀ ਆ ਪਰ ਸਾਨੂੰ ਨਹੀਂ ਉਹ ਮਿਲਿਆ ਹਾਰ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੇਖੋ ਜਨਾਬ ਤੁਸੀਂ ਵੇਖੋ ਤੁਹਾਡਾ ਬੰਦਾ ਤੁਸੀਂ ਵੇਖੋ ਉਹ ਕਹਿੰਦੇ ਅਸੀਂ ਵੀ ਚਲੋ ਵੇਖਾਂਗੇ ਜੇ ਸਾਡੇ ਕੋਲ ਧਿਆਨ 'ਚ ਆਊਗਾ ਤੁਹਾਨੂੰ ਜ਼ਰੂਰ ਰੈਸਟ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜਾ ਪ੍ਰਤਾਪ ਦੇ ਜਿਹੜੇ ਪਰਿਵਾਰ ਵਿੱਚ ਥੋੜ੍ਹੀ ਜਿਹੀ ਖੁਸ਼ੀ ਦੀ ਜਿਹੜੀ ਕਿਰਨ ਜਾਗੀ ਆ ਕਿਉਂਕਿ ਇਹਨਾਂ ਦੇ ਸਮਝਿਆ ਸੀ ਸ਼ਾਇਦ ਪਰਮਾਤਮਾ ਨੇ ਵੀ ਜਿਹੜਾ ਪ੍ਰਤਾਪ ਆ ਉਹ ਉਸ ਦੁਨੀਆ 'ਚ ਨਹੀਂ ਰਿਹਾ ਪਰ ਅੱਜ ਕਹਿ ਸਕਦੇ ਵੀ 23 ਸਾਲਾਂ ਬਾਅਦ ਜਿਹੜਾ ਉਹਨਾਂ ਦਾ ਭਰਾ ਜਿਹੜਾ ਬੋੜਿਆ ਵਾ ਇਹਨਾਂ ਨੂੰ ਪਤਾ ਲੱਗਾ ਵੀ ਜਿਹੜਾ ਕਿ ਉਹਨੂੰ ਬਧੂਆ ਬਦੂਰ ਬਣਾ ਕੇ ਜਿਹੜਾ ਪਟਿਆਲੇ ਵਿੱਚ ਜਿਹੜਾ ਪਿੰਡ ਆ ਉੱਥੇ ਰੱਖਿਆ ਗਿਆ ਵਾ ਅਤੇ ਪਰਿਵਾਰ ਵਿੱਚ ਕਾਫੀ ਖੁਸ਼ੀ ਦੀ ਲਹਿਰ ਆ ਅਤੇ ਇਸੇ ਮਸਲੇ ਵਿੱਚ ਅੱਜ ਗੱਲਬਾਤ ਕਰਨ ਨੂੰ ਪਹੁੰਚੇ ਨੇ ਨਾਲ ਇਸ ਪਰਿਵਾਰ ਦੀ ਜਿਹੜੀ ਮਦਦ ਜਿਹਨਾਂ ਕੀਤੀ ਹੈ ਜਿਨ੍ਹਾਂ ਨੇ ਪਟਿਆਲੇ ਤੱਕ ਜਿਹੜੀ ਆ ਪੂਰੀ ਜਿਹੜੀ ਆ ਪੂਰੀ ਪੁਸ਼ਪ ਪ੍ਰਦਾਨ ਕੀਤੀ ਆ ਅਤੇ ਉਸ ਨੂੰ ਪ੍ਰਤਾਪ ਨੂੰ ਜਿਹੜਾ ਵਾ ਉਹਨਾਂ ਲੋਕਾਂ ਨੂੰ ਜਿਹੜਾ ਛਡਾਇਆ ਗਿਆ ਜਿਨ੍ਹਾਂ ਨੇ ਇਹਨੂੰ ਬਧੂਆ ਮਜ਼ਦੂਰ ਬਣਾਇਆ ਸੀ ਉਹ ਜਿਹੜੇ ਨੇ ਲੋਕ ਇਨਸਾਫ ਪਾਰਟੀ ਤੋਂ ਜਿਹੜੇ ਸੁਖਵਿੰਦਰ ਸਿੰਘ ਜਿਹੜੇ ਕਿ ਭਗਤੂਪੁਰਾ ਵਾਲੇ ਸਾਡੇ ਨਾਲ ਨੇ ਉਹਨਾਂ ਨੂੰ ਵੀ ਗੱਲਬਾਤ ਕਰਾਂਗੇ ਉਹ ਸਾਡੇ ਨਾਲ ਨੇ ਭਗਤੂਪੁਰਾ ਸਾਹਿਬ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਸੰਪਰਕ ਹੋਇਆ ਕਿਉਂਕਿ 23 ਸਾਲ ਜਿਹੜਾ ਕਿ ਲੰਬਾ ਸਮਾਂ ਹੁੰਦਾ ਵਾ ਜੇ ਗੱਲ ਕਰੀਏ 12 ਸਾਲ ਬਨਵਾਸ ਹੀ ਕੱਟਣ ਦਾ 23 ਸਾਲ ਜਿਹੜਾ ਵਾ ਬੜਾ ਲੰਬਾ ਸਮਾਂ ਸੀ ਪਰਿਵਾਰ ਨੇ ਜਿਹੜਾ ਤਸ਼ੱਦਦ ਢਾਇਆ ਗਰਮੀ ਕਹਿ ਲਓ ਵੀ ਗਰੀਬੀ ਜਿਹੜੀ ਢਾਈ ਆ ਕਿਉਂਕਿ ਜੇਕਰ ਪੰਜਾਬ ਪੁਲਿਸ SPO ਸੀ ਅੱਜ ਜਿਹੜੇ ਉਹਦੇ ਨਾਲ ਦੇ ਮੁਲਾਜ਼ਮ ਆ SHO ਤੱਕ ਲੱਗੇ ਹੋਏ ਨੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਤੁਹਾਡਾ ਪਰਿਵਾਰ ਨਾਲ ਸੰਪਰਕ ਹੋਇਆ ਅਤੇ ਕਿਸ ਤਰ੍ਹਾਂ ਜਿਹੜਾ ਇਹ ਪਰਿਵਾਰ ਉਸ ਤੋਂ ਜਿਹੜਾ ਪ੍ਰਤਾਪ ਸਿੰਘ ਨੂੰ ਛਡਾਇਆ ਗਿਆ ਤੋਂ ਸਾਡਾ ਇਸ ਪਰਿਵਾਰ ਦੇ ਨਾਲ ਸੰਪਰਕ ਹੋਇਆ ਇਹਨਾਂ ਨੇ ਸਾਡੇ ਨੇਤਾ ਜੀ ਆ ਹੈਰੀ ਜੀ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਅਸੀਂ ਇੱਥੇ ਪਹੁੰਚੇ ਇਹਨਾਂ ਦੇ ਕੋਲ ਸਾਨੂੰ ਪਤਾ ਲੱਗਾ ਇਹਨਾਂ ਦੇ ਦੁੱਖ ਦਾ ਇਹਨਾਂ ਦੇ ਦਰਦ ਦਾ ਔਰ ਅਸੀਂ ਉਸੇ ਵੇਲੇ ਤੁਰੰਤ ਐਕਸ਼ਨ ਲੈਂਦੇ ਆਇਆ ਅਸੀਂ ਪਟਿਆਲੇ ਚੌਂਕੀ ਵੀ ਸਾਰਾ ਪਤਾ ਕੀਤਾ ਪਟਿਆਲੇ ਦੀ ਸਿਚੁਏਸ਼ਨ ਦਾ ਪਤਾ ਕੀਤਾ ਕਾਗਜ਼ੀ ਕਾਰਵਾਈ ਦਾ ਪਤਾ ਕੀਤਾ ਔਰ ਇੱਥੇ ਵੀ ਸਾਰਾ ਅਸੀਂ SSP ਸਾਹਿਬ ਕੋਲ ਪੇਸ਼ ਹੋਏ ਉਹਨਾਂ ਨੇ DSP ਸਾਹਿਬ ਅਟਾਰੀ ਦੀ ਡਿਊਟੀ ਲਾਈ ਆ ਉਹ ਸਾਰੀ ਕਾਰਵਾਈ ਅਸੀਂ ਕਰਵਾ ਰਹੇ ਹਾਂ ਪ੍ਰੋਸੈਸ ਕਰਵਾ ਰਹੇ ਹਾਂ ਔਰ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ 23 ਸਾਲ ਦਾ ਪੀਰੀਅਡ ਆ 2 ਦਹਾਕੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਔਰ ਇਹ ਬਹੁਤ ਹੀ ਦੁੱਖ ਦੀ ਗੱਲ ਆ ਇਹ ਛੋਟਾ ਜਿਹਾ ਕ੍ਰਾਈਮ ਨਹੀਂ ਆ ਇਹ ਬਹੁਤ ਵੱਡਾ ਕ੍ਰਾਈਮ ਆ ਔਰ ਉਸ ਪਰਿਵਾਰ ਨੇ ਜਿਨ੍ਹਾਂ ਨੇ ਇਹ ਪ੍ਰਤਾਪ ਸਿੰਘ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੈ ਉਸਨੇ ਇੱਕ ਛੋਟਾ ਜਿਹਾ ਕ੍ਰਾਈਮ ਨਹੀਂ ਕੀਤਾ ਉਸਨੇ ਇੱਕ ਟ੍ਰਿਪਲ ਮਰਡਰ ਵੀ ਕੀਤਾ ਮਾਂ ਪਿਓ ਦੀ ਮੌਤ ਹੋ ਗਈ ਆ ਵਿਯੋਗ ਦੇ ਵਿੱਚ ਮਾਂ ਪਿਓ ਆਪਣੇ ਬੱਚੇ ਛੋਟਿਆਂ ਨੂੰ ਪਾਲਦੇ ਆ ਗਰੀਬੀ ਰੇਖਾ ਦੇ ਵਿੱਚ ਇਹ ਬੰਦੇ ਰਹਿੰਦੇ ਆ ਗਰੀਬ ਆ ਇਹਨਾਂ ਨੇ ਬੜੇ ਔਖੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਹੋਊਗਾ ਉਸ ਟਾਈਮ ਦੂਸਰੇ ਬੱਚੇ ਪੜ੍ਹ ਨਹੀਂ ਸਕੇ ਇੱਕ ਬੱਚੇ ਨੂੰ ਕਿਹਾ ਚਲੋ ਇੱਕ ਬੱਚੇ ਨੂੰ ਆਪਾਂ ਪੜ੍ਹਾ ਲਈਏ ਕੁਛ ਕਰ ਜਾਵੇ ਉਹ ਨੌਕਰੀ 'ਤੇ ਲੱਗ ਗਿਆ ਮਾਂ ਪਿਓ ਨੂੰ ਬਹੁਤ ਆਸਾਂ ਹੁੰਦੀਆਂ ਉਹ ਨੌਕਰੀ 'ਤੇ ਲੱਗ ਗਿਆ ਉਹ ਬੰਦਾ ਕਿਡਨੈਪ ਕਰਕੇ ਬੰਦਿਆਂ ਨੇ ਬੰਦੀ ਬਣਾ ਲਿਆ 23 ਸਾਲ ਤੱਕ ਮਾਂ ਪਿਓ ਵਿਯੋਗ ਦੇ ਵਿੱਚ ਗੇੜੇ ਮਾਰਦੇ ਰਹੇ ਦਫ਼ਤਰਾਂ ਦੇ ਹਰ ਜਗ੍ਹਾ ਔਰ
ਤੁਹਾਨੂੰ ਦੱਸਦੇ ਹਾਂ ਬੁਢਾਪੇ ਦਾ ਸਹਾਰਾ ਹੁੰਦੇ ਨੇ ਬੱਚੇ। ਹਰ ਬੰਦਾ ਸੋਚਦਾ ਆਪਣੇ ਬੱਚਿਆਂ ਨੂੰ ਜਦੋਂ ਜਨਮ ਹੁੰਦਾ ਲੱਡੂ ਵੰਡਦਾ, ਉਹ ਕਹਿੰਦਾ ਮੇਰੇ ਬੱਚੇ ਪੜ੍ਹਨਗੇ, ਮੇਰਾ ਬੁਢਾਪੇ ਦਾ ਸਹਾਰਾ ਹੋਣਗੇ। ਉਸ ਬੁਢਾਪੇ ਦਾ ਸਹਾਰਾ ਇਹਨਾਂ ਨੇ ਖੋਇਆ, ਪ੍ਰਸ਼ਾਸਨ ਦੀ ਵੀ ਨਲਾਇਕੀ ਆ, ਉਹ ਲੱਭ ਨਹੀਂ ਸਕੇ ਉਸ ਬੰਦੇ ਨੂੰ, ਔਰ ਉਹਨਾਂ ਦੀ ਵੀ ਨਲਾਇਕੀ ਆ ਜਿਹਨਾਂ ਨੇ ਇਹ 23 ਸਾਲ ਉਹਨੂੰ ਬੰਦੀ ਬਣਾ ਕੇ ਰੱਖਿਆ। ਉਹ ਬੁਢਾਪੇ ਦਾ ਸਹਾਰਾ ਨਾ ਹੋਣ ਕਰਕੇ ਉਹ ਬੰਦੇ ਮਾਂ ਪਿਓ ਵਿਯੋਗ ਦੇ ਵਿੱਚ ਮਰ ਗਏ, ਇੱਕ ਉਹਦਾ ਭਰਾ ਵਿਯੋਗ ਦੇ ਵਿੱਚ ਮਰ ਗਿਆ। ਟ੍ਰਿਪਲ ਮਰਡਰ ਦਾ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ 'ਤੇ, ਔਰ ਅਸੀਂ ਪ੍ਰਸ਼ਾਸਨ ਦੇ ਕੋਲੋਂ ਵੀ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਸ ਪਰਿਵਾਰ ਦੇ ਉੱਪਰ ਪਰਚਾ ਦਰਜ ਕਰਨ, ਟ੍ਰਿਪਲ ਮਰਡਰ ਦਾ ਪਰਚਾ ਦਰਜ ਕਰਨ, ਔਰ 23 ਸਾਲ ਉਸ ਬੰਦੇ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ, ਕਿੰਨੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ, ਇਸ ਚੀਜ਼ ਦਾ ਵੀ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ, ਔਰ ਪੰਜਾਬ ਸਰਕਾਰ ਇਹਨੂੰ ਕੰਪਨਸੇਸ਼ਨ ਦੇਵੇ, ਕਿਉਂਕਿ ਪੰਜਾਬ ਸਰਕਾਰ ਦਾ ਮੁਲਾਜ਼ਮ ਸੀ ਪਲੱਸ, ਔਰ ਉਹ ਜਿਹੜੇ ਜ਼ਿਮੀਂਦਾਰ ਆ ਜਿਨ੍ਹਾਂ ਨੇ ਉਸਨੂੰ ਬੰਦੀ ਬਣਾ ਕੇ ਰੱਖਿਆ, ਉਹਨਾਂ ਦੀ ਪ੍ਰੋਪਰਟੀ ਜੋ ਵੀ ਉਹਨਾਂ ਦੀ ਜਾਇਦਾਦ ਆ ਉਹਨੂੰ SDM ਦੇ ਰਾਹੀਂ, DC ਸਾਹਿਬ ਦੇ ਰਾਹੀਂ ਅਟੈਚ ਕਰਕੇ ਪ੍ਰਤਾਪ ਸਿੰਘ ਦੇ ਨਾਮ ਲਾਈ ਜਾਵੇ, ਔਰ ਇਸ ਬੰਦੇ ਨੂੰ ਪੰਜਾਬ ਪੁਲਿਸ ਦੇ ਵਿੱਚ ਵਧੀਆ ਰੈਂਕ ਦੇ ਉੱਤੇ, ਪੋਸਟ ਦੇ ਉੱਤੇ ਦੁਬਾਰਾ ਬਹਾਲ ਕੀਤਾ ਜਾਵੇ, ਤਾਂ ਕਿ ਉਹਦੇ 23 ਸਾਲ 'ਤੇ ਵਾਪਸ ਨਹੀਂ ਆ ਸਕਦੇ, ਔਰ ਸਰਕਾਰ ਇੱਕ ਆਪਣੀ ਇਮਾਨਦਾਰੀ ਪੇਸ਼ ਕਰਦੇ ਕਿ ਅਸੀਂ ਇਸਦੇ 23 ਸਾਲ 'ਤੇ ਵਾਪਸ ਨਹੀਂ ਲਿਆ ਸਕਦੇ ਅਤੇ ਅਸੀਂ ਇਸ ਨੂੰ ਬੰਦਾ ਮਾਨ ਸਤਿਕਾਰ ਦਿੰਦੇ ਹਾਂ, ਔਰ ਉਸ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਵੇ ਸਰਕਾਰ, ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਵਾਂਗੇ, ਤਾਂ ਕਿ ਇਸ ਤਰ੍ਹਾਂ ਦੇ ਹੋਰ ਵੀ ਬੜੇ ਬੰਧੂਆ ਮਜ਼ਦੂਰ ਪੰਜਾਬ ਦੇ ਵਿੱਚ ਲੋਕਾਂ ਨੇ ਬਣਾ ਕੇ ਰੱਖੇ, ਜਿਨ੍ਹਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਨਹੀਂ ਪਹੁੰਚਦੀ, ਤੁਹਾਡੇ ਤੱਕ, ਮੀਡੀਆ ਤੱਕ ਜਾਂ ਲੋਕਾਂ ਤੱਕ ਨਹੀਂ ਪਹੁੰਚਦੀ, ਔਰ ਉਹਨਾਂ ਤੱਕ ਇਸ ਪ੍ਰਤਾਪ ਸਿੰਘ ਦਾ ਮੈਸੇਜ ਆਵੇ, ਉਹ ਡਰਦੇ ਹੀ ਉਹਨਾਂ ਬੰਦਿਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਭੇਜ ਦੇਣ, ਕਿ ਨਹੀਂ ਤਾਂ ਸਾਡੀਆਂ ਵੀ ਜਾਇਦਾਦਾਂ ਜ਼ਬਤ ਹੋਣਗੀਆਂ ਅਤੇ ਸਾਡੇ 'ਤੇ ਵੀ ਕਾਰਵਾਈ ਹੋਊਗੀ। ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਕੈਪਟਨ ਸਾਹਿਬ ਦੇ ਕੋਲੋਂ ਇਸ ਚੀਜ਼ ਦੀ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਇਸ ਦਾ ਸੰਗਿਆਨ ਲੈ ਕੇ, ਖੁਦ ਇਸ ਦਾ ਸੰਗਿਆਨ ਲੈ ਕੇ ਆਪਣੇ ਕਿਸੇ ਮੰਤਰੀ ਦੀ ਡਿਊਟੀ ਲਾਓ ਜਾਂ ਖੁਦ ਉੱਥੇ ਪਹੁੰਚੋ ਪਟਿਆਲੇ ਦੇ ਵਿੱਚ, ਉਹਨੂੰ ਲੈ ਕੇ ਇਹਨੂੰ ਆਪ ਇੱਥੇ ਆ ਕੇ, ਇੱਥੇ ਆਪ ਆ ਕੇ ਛੱਡ ਕੇ ਜਾਣ, ਤਾਂ ਜੋ ਇਸ ਗਰੀਬ ਪਰਿਵਾਰ ਦਾ ਵੀ ਹੌਸਲਾ ਵਧੇ ਕਿ ਸਾਡੀ ਵੀ ਕੋਈ ਬਾਂਹ ਫੜਨ ਵਾਲਾ, ਇਹ ਸਰਕਾਰ ਸਾਡੀ ਵੀ ਗੱਲ ਸੁਣਦੀ ਹੈ। ਪਰ ਕੀ ਕਹਿਣਾ ਚਾਹੋਗੇ ਬਦੂਬਾ ਸਾਹਿਬ, ਅਸੀਂ ਦੇਖਿਆ ਵੀ ਪ੍ਰਤਾਪ ਇਕੱਲਾ ਨਹੀਂ ਜਿਹੜਾ ਵੀ ਬਦੂਆ ਜਿਹੜਾ ਮਜ਼ਦੂਰ ਬਣਾਇਆ ਗਿਆ, ਪ੍ਰਤਾਪ ਵਰਗੇ ਪਤਾ ਨਹੀਂ ਕਿੰਨੇ ਕੁ ਜਿਹੜੇ ਲੋਕ ਨੇ ਜਿਹੜੇ ਕਿ ਬਦੂਆ ਮਜ਼ਦੂਰ ਬਣੇ ਨੇ, ਅਤੇ ਗੱਲ ਵੀ ਆਉਂਦੀ ਹੈ ਵੀ 23 ਸਾਲ ਇੱਕ ਪੂਰੀ ਜ਼ਿੰਦਗੀ ਜਿਹੜੀ ਉਹਦੀ ਆ ਬਰਬਾਦ ਕਰ ਦਿੱਤੀ ਗਈ ਆ, ਕਿਉਂਕਿ ਤੁਸੀਂ ਦੇਖਿਆ ਵੀ ਛੋਟੀ ਉਮਰ ਜਿਹੜਾ ਭਰਤੀ ਹੋ ਗਿਆ ਸੀ SBO 'ਚ, ਪਰਿਵਾਰ 'ਚ ਬੜੀ ਗਰੀਬੀ ਸੀ, ਪਰਿਵਾਰ 'ਚ ਖੁਸ਼ੀ ਦੀ ਲਹਿਰ ਸੀ, ਅੱਜ ਜੇ ਪਰਿਵਾਰ 'ਚ ਹੁੰਦਾ ਅਤੇ ਸ਼ਾਇਦ ਬਾਲ ਬੱਚੇਦਾਰ ਹੁੰਦਾ, ਉਸਦੇ ਮਾਤਾ ਪਿਤਾ ਉਸ ਤੋਂ ਜਿਹੜੇ ਆ ਵਿਛੜ ਗਏ ਨੇ, ਉਹ ਜਿਹੜੀਆਂ ਦੁਨੀਆਂ ਚਲ ਗਏ ਨੇ ਬਸ ਇਸੇ ਗਮ 'ਚ। ਪਰ ਕੀ ਕਹਿਣਾ ਚਾਹੋਗੇ, ਕਿੰਨੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਪੂਰੀ ਜ਼ਿੰਦਗੀ ਜਿਹੜੀ ਬਰਬਾਦ ਕਰਕੇ ਰੱਖ ਦਿੱਤੀ ਆ ਉਹਨਾਂ ਲੋਕਾਂ ਨੇ ਜਿਹੜੇ ਇਹਨੂੰ ਨਸ਼ੇ 'ਤੇ ਲਾਤਾ ਵਾ, ਇਹਨੂੰ ਜਿਹੜਾ ਵਾ ਜ਼ਿੰਦਗੀ ਜਾਂ ਕੈਦ ਕਰਕੇ ਰੱਖਦੇ ਨੇ, ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਦੱਸਿਆ 23 ਸਾਲ ਦਾ ਸਮਾਂ ਹੋ ਚੁੱਕਾ, ਇੱਕ ਨਹੀਂ ਇਹੋ ਜਿਹੇ ਹਜ਼ਾਰਾਂ ਲੋਕ ਆ ਜਿਹੜੇ ਬੰਧੂਆ ਮਜ਼ਦੂਰ ਲੋਕਾਂ ਨੇ ਬਣਾ ਕੇ ਰੱਖੇ ਆ ਪੰਜਾਬ ਦੇ ਵਿੱਚ। ਮੈਂ ਇਹੀ ਕਹਿ ਰਿਹਾ ਕਿ ਸਰਕਾਰ ਨੂੰ ਇੱਕ ਇਹਦਾ ਮੈਸੇਜ ਦੇਣਾ ਚਾਹੀਦਾ ਕਿ ਜਿਵੇਂ ਅਸੀਂ ਫਾਂਸੀ ਲਾ ਦਿੰਦੇ ਹਾਂ ਨਾ ਕਿਸੇ ਬੰਦੇ ਨੂੰ ਗੈਂਗ ਰੇਪ ਕਰਦਾ ਜਾਂ ਕੋਈ ਸਜ਼ਾ ਦੀ ਜੱਜ ਸਾਹਿਬ ਫਾਂਸੀ ਦੀ ਸਜ਼ਾ ਸੁਣਾ ਦਿੰਦੇ, ਉਹ ਫਾਂਸੀ ਸਜ਼ਾ ਇਸ ਵਾਸਤੇ ਸੁਣਾਈ ਜਾਂਦੀ ਆ ਕਿ ਦੁਬਾਰਾ ਕੋਈ ਬੰਦਾ ਉਹ ਗਲਤੀ ਨਾ ਕਰੇ। ਇਸੇ ਤਰ੍ਹਾਂ ਇੱਕ ਸਖਤ ਸਜ਼ਾ ਇਸ ਪਰਿਵਾਰ ਨੂੰ ਮਿਲਣੀ ਚਾਹੀਦੀ ਆ ਕਿ ਦੁਬਾਰਾ ਜਿਹਨੇ ਵੀ ਲੋਕਾਂ ਨੇ ਬੰਧੂਆ ਮਜ਼ਦੂਰ ਬਣਾਏ, ਜਿਨ੍ਹਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਸਕੀ ਜਾਂ ਸਰਕਾਰ ਤੱਕ ਨਹੀਂ ਪਹੁੰਚ ਸਕੀ, ਔਰ ਉਹ ਲੋਕਾਂ ਨੂੰ ਉਹ ਖੁਦ ਬ ਖੁਦ ਸਾਹਮਣੇ ਆ ਜਾਣ, ਉਹਨਾਂ ਨੂੰ ਛੱਡ ਦੇਣ। ਔਰ ਦੂਸਰੀ, ਸਰਕਾਰ ਦੀ ਬਹੁਤ ਵੱਡੀ ਨਲਾਇਕੀ ਆ ਕਿ ਉਸ 23 ਸਾਲਾਂ ਦੇ ਵਿੱਚ ਕਿੰਨੀ ਵਾਰੀ ਮਰਦਮਸ਼ੁਮਾਰੀ ਹੋਈ, ਕਿੰਨੇ ਲੋਕਾਂ ਦੇ ਆਧਾਰ ਕਾਰਡ ਬਣੇ, ਔਰ ਉੱਥੋਂ ਦੇ ਪ੍ਰਸ਼ਾਸਨ ਨੂੰ ਨਹੀਂ ਪਤਾ ਕਿ ਇਹ ਬੰਦਾ ਇੱਥੇ 23 ਸਾਲ ਤੋਂ ਰਹਿ ਰਿਹਾ, ਇਹ ਕੌਣ ਆ, ਇਹ ਕੀ ਆ। ਸਰਕਾਰ ਦੇ ਉੱਤੇ ਵੀ ਇੱਕ ਸਵਾਲੀਆ ਚਿੰਨ੍ਹ ਆ ਕਿ ਸਰਕਾਰ ਆਪਣੇ ਆਪ ਨੂੰ ਬੜਾ ਪੇਸ਼ ਕਰਦੀ ਆ। ਕੈਪਟਨ ਸਾਹਿਬ ਦੱਸਦੇ ਮੇਰੇ ਇੰਨੇ ਮੇਰੇ ਦੇਸ਼ ਦੇ ਬੰਦੇ ਆ, ਮੇਰੀ ਸਟੇਟ ਆ ਮੇਰਾ, ਔਰ ਇਹ ਕਿੱਥੇ ਆ, ਔਰ ਇਹ ਬਹੁਤ ਹੀ ਵੱਡੀ ਨਲਾਇਕੀ ਆ ਪ੍ਰਸ਼ਾਸਨ ਦੀ। ਇਹਦੇ ਉੱਪਰ ਵੀ ਜਿਹੜੇ ਸੰਬੰਧਿਤ ਉੱਥੋਂ ਦੇ ਅਧਿਕਾਰੀ ਆ, ਜਿਹੜੇ ਉੱਥੋਂ ਦੇ BLO ਆ, ਉਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਆ ਕਿ ਉਹ ਸਮੇਂ ਸਿਰ ਉੱਥੇ ਜਦੋਂ ਵੋਟਾਂ ਬਣਾਉਂਦੇ ਉਹ ਚੈੱਕ ਕਿਉਂ ਨਹੀਂ ਕਰਦੇ ਵੀ ਇਸ ਬੰਦੇ ਦੀ ਵੋਟ ਵੀ ਨਹੀਂ ਆ, ਇਹਦਾ ਆਧਾਰ ਕਾਰਡ ਵੀ ਨਹੀਂ ਆ, ਇਹ ਬੰਦਾ ਕੌਣ ਆ, ਇਹਦੀ ਵੈਰੀਫਿਕੇਸ਼ਨ ਕਿਉਂ ਨਹੀਂ ਕੀਤੀ। ਜੇ ਸਰਕਾਰ ਨੇ ਵੀ ਆਪਣੀ ਜ਼ਿੰਮੇਵਾਰੀ ਟਾਈਮ ਸਿਰ ਨਿਭਾਈ ਹੁੰਦੀ, ਉਸ ਬੰਦੇ ਦੀ ਜ਼ਿੰਦਗੀ ਤਬਾਹ ਨਾ ਹੁੰਦੀ, ਔਰ ਉਸਦੇ ਮਾਂ ਬਾਪ ਨਾ ਮਰਦੇ, ਔਰ ਇਹ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਹੁੰਦੇ। ਇਸ ਕੱਚੇ ਘਰ ਮਕਾਨ ਦੀ ਜਗ੍ਹਾ 'ਤੇ ਬੜਾ ਪੱਕਾ ਮਕਾਨ ਬਣਿਆ ਹੁੰਦਾ, ਔਰ ਉਸ ਪਰਿਵਾਰ ਦੇ ਉਹ ਬੰਦੇ ਦਾ ਪ੍ਰਤਾਪ ਸਿੰਘ ਦੀ ਮੈਰਿਜ ਹੋਈ ਹੁੰਦੀ, ਉਹਦੇ ਬੱਚੇ ਹੁੰਦੇ, ਉਹ ਵੀ ਇੱਥੇ ਖੇਡਦੇ ਹੁੰਦੇ, ਔਰ ਇਹ ਬਹੁਤ ਵੱਡਾ ਕ੍ਰਾਈਮ ਆ। ਉਸਦੇ ਬੱਚੇ ਜੰਮਣ ਤੋਂ ਪਹਿਲਾਂ ਮਾਰ ਦਿੱਤੇ ਗਏ, ਉਸਦੀ ਜ਼ਿੰਦਗੀ ਤਬਾਹ ਕਰ ਦਿੱਤੀ ਗਈ। ਪਰ ਕੀ ਕਹਿਣਾ ਚਾਹੋਗੇ, ਕਿਤੇ ਕਿਤੇ ਮਹਿਕਮੇ ਦੀ ਬਹੁਤ ਨਲਾਇਕੀ ਵੱਡੀ ਆ, ਕਿਉਂਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ, ਪੰਜਾਬ ਪੁਲਿਸ ਨੇ ਜਿਹੜੀ ਆ ਉਹਨੂੰ ਭਾਲ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਕੀਤੀ ਗਈ, ਅਤੇ ਨਾ ਹੀ ਤੁਸੀਂ ਦੇਖਿਆ ਵੀ ਵੱਡੇ ਵੱਡੇ ਥਾਣਿਆਂ 'ਚ ਜਿਹੜੇ ਪੰਜਾਬ ਪੁਲਿਸ ਦੇ ਪੂਰੇ ਪੰਜਾਬ 'ਚ ਥਾਣੇ ਹੁੰਦੇ, ਉਹਨਾਂ ਵਿੱਚ ਕੋਈ ਇਸ਼ਤਿਹਾਰ ਨਹੀਂ ਲਗਾਇਆ ਗਿਆ ਕਿ ਫੋਟੋ ਨਹੀਂ ਲਗਾਈ ਗਈ ਵੀ ਇਹ ਸਾਡਾ ਮੁਲਾਜ਼ਮ ਹੈ, ਭਾਈ ਘਰੋਂ ਡਿਊਟੀ 'ਤੇ ਗਿਆ ਸੀ, ਡਿਊਟੀ 'ਤੇ ਨਹੀਂ ਪਹੁੰਚਿਆ। ਕੀ ਲੱਗਦਾ ਵੀ ਪੰਜਾਬ ਪੁਲਿਸ ਨੇ
वह पंजाब पुलिस को कलकत्ते तो जाके मिल गया। ये पंजाब का बंदा पंजाब में 23 साल तो कैद कट रहा। मैं तुहानू दस दिया जे किसी कोई बंदा मर्डर कर दिंदा ना पंजाब सरकार उन्हूं सरकार सज़ा दिंदी उम्र कैद की 20 साल की सज़ा होंदी आ दिन रात करके 10 साल दे विच सरकार उन्हूं माफ़ी दे दिंदी आ 10 साल बाद उन्हूं नक्शे दे उपर रिहा कर दिंदी आ वह भी 10 साल बाद अपने घर आ जांदा। इस बंदे ने उम्र कैद कट ली 23 साल सज़ा कट लिया। ये सरकार की बहुत वड्डी नलायकी आ उन्हूं बंदे नूं बिना किसी क्राइम कीता सज़ा कटाई प्लस बंधुआ मजदूर बना के उहदे कोल कम करवाया उहनूं नशे ते लाया उहनूं होश नहीं आउण दित्ती उहनूं समझ नहीं लगण दित्ती। ये प्रशासन की ही नलायकी आ जे किसी के घर कोई कम करता प्रशासन की नलायकी आ उत्थों के BLO नूं उत्थों के आंगनवाड़ी वर्कर आ उत्थों के किन्ने सिस्टम आ हर पंजाब का सिस्टम बनिया वो कित्थे सी वह जागदे नहीं। उहनां बंदिआं दे उपर भी सख्त तो सख्त कार्रवाई होनी चाहिए आ जी। की कहना चाहोगे प्रशासन नूं ते नाल ही जिहड़ा हैगा कि परिवार नूं अज किन्नी खुशी लै रहा ते इह दस्सो वी हुण जाके तुसीं कदों लैके आओगे जिहड़ा प्रताप नूं कि असीं देख रहे हां वी प्रताप दे जिहड़े परिवार दे ने उह जिहड़ी अक्खां जिहड़ियां नरम होईआं वा ते अज वी दरवाजे वल बाहर देख रहे वी शायद प्रताप हुण हुंदा वा कदों लैके आओगे प्रताप नूं। इस गल की बड़ी खुशी आ कि एक परिवार ने समझ लिया कि साढ़े परिवार के बंदे की डैथ हो चुकी आ अज जो दोबारा उन्हें दूसरा जन्म मिलया इस गल की बहुत खुशी आ। इनू असी जल्दी कल जां परसों दे विच असी पूरे ताम झाम दे नाल लैके आवांगे पूरा स्वागत करांगे उहदा और लोक इंसाफ पार्टी इहदी पूरी इह नहीं कि इहनू घर लिया के असी बैठ जावांगे इहनू इंसाफ दवावांगे सरकार कोलों भी मुआवजा दवावांगे इस बंदे नूं नौकरी दवावांगे सरकार कोलों कि इस बंदे नूं नौकरी दिओ। इस वक्त जे वह जॉब ते हुंदा ते इस वक्त SHO DSP बनिया होना सी ठीक है उस बंदे नूं नौकरी दवावांगे मुआवजा दवावांगे और उस परिवार ते कार्रवाई करवा के साह लवांगे। जे सरकार ने कुताही की जल्दी तो जल्दी एक्शन ना लिया इन्हां बंदियां दे उपर कार्रवाई ने की मुआवजा दिता तो लोक इंसाफ पार्टी वड्डा संघर्ष स्टेट लैवल ते विडूगी। बहुत बहुत धन्यवाद जी। तुसीं देखिया भी परिवार में जी कि खुशी दी लै रहे हैं क्योंकि 23 साल बाद जिहड़ा वा प्रताप एक बार जो फिर तो मुड़ के जिहड़ा परिवार दे विच आया वा अते उत्थे लोक इंसाफ पार्टी का एक बड़ा वड्डा हिस्सा जिहड़ा अहम रोल निभाया वा क्योंकि इस परिवार नूं जिहड़ा वा प्रताप नूं जिहड़ा मिलाया गया इस परिवार के नाल अते उन्हां नूं जिहड़ा बंधुआ मजदूर बनाया सी पटियाले विच उस नूं जिहड़ा आजाद कराया गया वा अते तुसीं दस्सिया भी किस तरह जिहड़ा वा प्रताप ते जिहड़ा छद्दर जिहड़ा टाया गया वा अते परिवार विच जिहड़ी आ काफ़ी खुशी दी लहर आ। साडा मैडम भी गलबात करन नूं तैयार ने इस परिवार वास्ते आए ने। मैडम की कहना चाहोगे असीं देखदे आ परिवार विच काफ़ी खुशी दी लहर भी आ कितें दुख भी आ क्योंकि 23 साल जिहड़ा उन्हां दा भरा जिहड़ा विछड़िया गया होई उन्हां सोचिया सी शायद दुनिया ते नहीं रहा अज तुहाडे एफर्ट दे नाल सारिआं दे नाल जिहड़ा जो परिवार नूं जिहड़ा मिल जा रहा की कहना चाहोगे जी। लोकराज दी लहर दी टीम जिहड़ी आ उह भी बकायदा तौर ते पिंड चीचे दे विच असीं पहुंचे होए आ। बड़े दुख दी गल आ कि अज भी बंधुआ मजदूरी जिहड़ी आ आजादी तो इन्ने चिर बाद 75 साल बाद क्योंकि एक दौर सीगा जदों राजे महाराजे जिहड़े सीगे उह बंधुआ मजदूर बनाउंदे हुंदे सी जिन्हां दे अपने कोई हक हकूक नहीं सी हुंदे तां पता नहीं सी उह किहड़ियां थावां दे उत्तों गुलाम बना के लियांदे तां उहनां नूं रख्या जांदा सीगा। लेकिन हुण आजादी दे 75 साल बाद भी बंधुआ मजदूरी जिहड़ी आ वो अज भी दिखन नूं मिलदी पई आ 30-35 साल 20-25 साल जिहड़ी आ वो जिंदगी किसी की ह्यूमन रिसोर्स की बर्बाद कर देनी तो बाद दे विच एक अथरू भी जिहड़ा अखां चों ना निकलना। फिर सब तो वड्डी गल ए आ कि राजा जिहड़ा पंजाब दा राजा है ना कैप्टन अमरिंदर सिंह दा खुद दा पटियाले हल्के दा ही ये सारा सिलसिला वा और किन्नी शर्म दी गल आ कि एक राजा जिहड़ा उहदा इलाका वा पटियाला उसे पटियाले दे विच ही ये बंधुआ मजदूरी दा एड्डा वड्डी करतूत जिहड़ी आ उह सामने आई आ कि किसी एक SPO मुंडा जिहड़ा 10 पास सी उस वेले दा 1992 दे विच उहनूं चुक के राह दे विचों ही कोई बंदा जिहड़ा वरगला के लै जांदा वा ते अपने घर इस परिवार दा जिहड़ा वा उह गए ने उत्थे उहनूं वेखण और नशे च धुत। देखो जेड़ा बंधुआ मजदूरी का कारनामा ना ये प्रॉब्लम ही ये आई आ रही आ क्योंकि पिछले दिनों के दौरान जो जय सिंह जी होर ने नरेगा वर्कर यूनियन के काफ़ी ज़्यादा काम किया मेरे को आए भी सी और इन चीज़ों के बारे बहुत सारा खुलासा होया कि पता नहीं किन्ने हज़ार बंधुआ मजदूर जोड़े ने वो निकल रहे घर के पर ये बावजूद इनिया व्डिया खबर निकलन के बावजूद साड़ी जी सरकार आ कुंभकर्णी नींद सुती है क्यों ह्यूमन रिसोर्स जोड़ा वा वो इन्नी वे पद्धर के उत्ते जोड़ा वा वो घर मतलब बीमार मानसिकता बना के उन्हां तो इस तरह काम ले जा रहे हैं कि जिवें उन्हां ओ किते जिंदगी च आए ही ना होण। बिल्कुल मैम नशा तक दिता जांदा वा भी वो सिंगल जिहड़े पैरां नूं बन्ने जांदे ने भी किते भज ना जावे कि लगदा ने भी जिवें डंगरां वांगू जिहड़ा छिद्द हटाया जांदा सरकारां कित्थे गईआं ने कि सरकारां जदों तुहाड़ी गल खणो भी जदों इलाके च जाके पताल करदियां ने भी घर दे आ मैंबर ने ते उहदे बारे कोई आधार कार्ड नहीं कोई वोटर कार्ड नहीं कोई पुछिआ नहीं जांदा भई इह कित्थे आ जे की कहणा चाहो
ਜੇਕਰ ਕਿਸੇ ਨੇ ਕੋਈ ਕ੍ਰਾਈਮ ਕਰਦੇ ਇਸ ਮੁੱਦੇ ਤੇ ਤੇ ਫਿਰ ਕੀ ਕਰਨਾ ਚਾਹੋਗੇ? ਦੇਖੋ ਜਿਵੇਂ ਹੁਣ ਬਿਲਕੁਲ ਪਰਿਵਾਰ ਨੇ ਦੱਸਿਆ ਵਾ ਕਿ ਜਦੋਂ ਉਹ ਗਏ ਨੇ ਉਹਨੂੰ ਉੱਥੇ ਲੈਣ ਮਿਲੇ ਨੇ ਉਹ ਤੇ ਜਦੋਂ ਉਹ ਥਾਣੇ ਗਏ ਨੇ ਸੰਬੰਧਤ ਥਾਣੇ ਦੇ ਵਿੱਚ ਉਦੋਂ ਉਸ ਲੜਕੇ ਨੂੰ ਕੁਛ ਦਿੱਤਾ ਗਿਆ ਵਾ ਜ਼ਹਿਰੀਲਾ ਜਿਹੜੀ ਉਹਨੇ ਉਲਟੀਆਂ ਕੀਤੀਆਂ ਨੇ। ਤਾਂ ਇਹ ਜਿਹੜਾ ਬੰਧੂਆ ਮਜ਼ਦੂਰਾਂ ਦੇ ਨਾਲ ਸੰਬੰਧਤ ਜਿਹੜਾ ਇਹ ਸਾਰਾ ਸਿਸਟਮ ਆ ਉਹ ਇਹੀ ਆ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਉਸ ਨੂੰ ਕੈਪਚਰ ਕੀਤਾ ਜਾਂਦਾ ਵਾ ਉਹਨੂੰ ਨਸ਼ੇ ਤੇ ਲਾ ਦਿੱਤਾ ਜਾਂਦਾ ਵਾ ਕਿਉਂਕਿ ਜਦੋਂ ਨਸ਼ੇ ਦੇ ਵਿੱਚੋਂ ਉਹਨੇ ਨਿਕਲਣਾ ਹੀ ਨਹੀਂ ਉਹਨੂੰ ਕੀ ਪਤਾ ਲੱਗਦਾ ਵਾ ਕਿ ਮੈਂ ਕਿੱਥੋਂ ਆਇਆ ਵਾਂ ਕਿੱਥੇ ਗਿਆ ਵਾਂ ਕੀ ਕਰਦੇ ਕਿਉਂਕਿ ਨਸ਼ੇ ਦੀ ਇੱਕ ਡੋਜ਼ ਖਤਮ ਹੋਈ ਨਸ਼ੇ ਦੀ ਦੂਜੀ ਡੋਜ਼ ਜਿਹੜੀ ਦੇ ਦਿੱਤੀ ਕਿਉਂਕਿ ਉਹਦੇ ਨਾਲ ਇਹਨਾਂ ਦੇ ਘੜੇ ਘੜਾਏ ਮਨਸੂਬੇ ਆ ਕਿ ਸਾਡੇ ਹੱਥ 'ਚੋਂ ਬੰਦਾ ਨਾ ਨਿਕਲ ਜੇ। ਲੇਕਿਨ ਸਰਕਾਰਾਂ ਕਿੱਥੇ ਸੁੱਤੀਆਂ ਨੇ? ਸਰਕਾਰਾਂ ਨੂੰ ਪਤਾ ਨਹੀਂ ਹੈ ਕਿ ਮੇਰਾ ਹਿਊਮਨ ਰਿਸੋਰਸ ਖਤਮ ਹੋਣ ਡਿਆ ਵਾ। ਤਾਂ ਇੱਕ ਲਾਮਬੰਦੀ ਹੋਣੀ ਚਾਹੀਦੀ ਆ ਕਿ ਜਿੰਨੇ ਵੀ ਬੰਧੂਆ ਮਜ਼ਦੂਰ ਨੇ ਉਹਨਾਂ ਦੀ ਸ਼ਨਾਖਤ ਕੀਤੀ ਜਾਣੀ ਚਾਹੀਦੀ ਆ, ਘਰ ਘਰ ਜਾ ਕੇ ਗੌਰਮੈਂਟ ਨੂੰ ਇਹ ਟੀਮਾਂ ਦੇਣੀਆਂ ਚਾਹੀਦੀਆਂ ਨੇ, ਸੰਬੰਧਿਤ ਇਲਾਕਿਆਂ ਦੇ ਵੀਡੀਓ ਜਿਹੜੇ ਨੇ ਉਹ ਪਹਿਚਾਣ ਕਰਨ ਕਿ ਜਿਹੜੇ ਲੋਕ ਖੇਤੀ ਦਾ ਕੰਮ ਕਰਦੇ ਨੇ ਜਾਂ ਜਿਹੜੇ ਲੋਕ ਕੋਈ ਹੋਰ ਵੀ ਕੰਮ ਕਰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਲੋਕ ਕੰਮ ਕਰਨ ਡੇ ਨੇ, ਜਿਹੜੇ ਕੰਮੀ ਲੋਕ ਨੇ, ਜਿਹੜੇ ਮਜ਼ਦੂਰ ਲੋਕ ਆ ਜਿਨ੍ਹਾਂ ਦੇ ਸਿਰਾਂ ਦੇ ਉੱਤੋਂ ਜਿਹੜਾ ਵਾ ਉਹ ਪਿਓ ਦੇ ਸਿਰ ਤੋਂ ਟੋਕਰਾ ਜਿਹੜਾ ਵਾ ਉਹ ਉੱਤਰਦਾ ਵਾ ਕਰਜ਼ੇ ਦਾ ਅਤੇ ਉਹ ਧੀ ਦੇ ਸਿਰ 'ਤੇ ਚਲੇ ਜਾਂਦਾ, ਮਾਂ ਦੇ ਸਿਰ ਤੋਂ ਜਿਹੜਾ ਕਰਜ਼ੇ ਦਾ ਟੋਕਰਾ ਉੱਤਰਦਾ ਵਾ ਅਤੇ ਉਹ ਅੱਗੇ ਪੁੱਤ ਦੇ ਸਿਰ 'ਤੇ ਚਲੇ ਜਾਂਦਾ। ਆਖਿਰ ਕਿਉਂ ਇਸ ਤਰ੍ਹਾਂ ਜਿਹੜੀ ਆ ਉਹ ਦੁਨੀਆ ਮਾਰਨ ਦੇ ਉੱਤੇ ਤੁਲੇ ਹੋਏ ਨੇ ਸਾਰੇ? ਤਾਂ ਵੀ ਪ੍ਰਤਾਪ ਵਰਗੇ ਹਜ਼ਾਰਾਂ ਜਿਹੜੇ ਨੌਜਵਾਨ ਨੇ ਅੱਜ ਵੀ ਜਿਹੜਾ ਬੰਧੂਆ ਮਜ਼ਦੂਰ ਬਣ ਕੇ ਜਿਹੜਾ ਮਜ਼ਦੂਰੀ ਕਰ ਰਹੇ ਨੇ। ਜੀ ਬਿਲਕੁਲ, ਮੈਂ ਉਹੀ ਤਾਂ ਗੱਲ ਕਹਿ ਰਹੀ ਹਾਂ ਕਿ ਸ਼ਨਾਖਤ ਹੋਣੀ ਚਾਹੀਦੀ ਆ ਕਿ ਜਿੱਥੇ ਕੰਮ ਹੋ ਰਿਹਾ ਵਾ ਉੱਥੇ ਬੰਧੂਆ ਮਜ਼ਦੂਰੀ ਦੀ ਸ਼ਨਾਖਤ ਹੋਣੀ ਚਾਹੀਦੀ ਆ ਵੀ ਕਿੰਨੇ ਕੰਮ ਏ ਉੱਥੇ ਕੰਮ ਕਰਦੇ ਪਏ ਨੇ, ਤਾਂ ਉਹਨਾਂ ਦੀ ਸ਼ਨਾਖਤ ਹੋ ਕੇ ਉਹ ਕੱਢੇ ਜਾਣੇ ਚਾਹੀਦੇ। ਤਾਂ ਤੁਸੀਂ ਦੇਖੋ ਹੈਰਾਨ ਕਰਨ ਵਾਲੇ ਅੰਕੜੇ ਜਿਹੜੇ ਨੇ ਉਹ ਬਾਹਰ ਨਿਕਲਣਗੇ, ਕਿੰਨੇ ਸਾਰੇ ਇਸ ਪ੍ਰਤਾਪ ਵਰਗੇ ਬੰਧੂਆ ਮਜ਼ਦੂਰੀ ਦੀ ਦਲਦਲ ਦੇ ਵਿੱਚ ਧੱਕੇ ਹੋਏ ਨੇ ਅਤੇ ਸਰਕਾਰਾਂ ਜਿਹੜੀਆਂ ਨੇ ਉਹ ਸਾਡੀਆਂ ਕੁੰਭ ਕਰਨੀ ਨੀਂਦ ਸੁੱਤੀਆਂ ਹੋਈਆਂ ਨੇ। ਇਸ ਤੋਂ ਵੱਧ ਸ਼ਰਮ ਦੀ ਗੱਲ ਹੋਰ ਨਹੀਂ ਹੋ ਸਕਦੀ ਕਿ ਪੂਰਾ ਵਿਸ਼ਵ ਆਜ਼ਾਦ ਹੋ ਗਿਆ ਵਾ ਲੇਕਿਨ ਭਾਰਤ ਅਤੇ ਪੰਜਾਬ ਦੀ ਇਸ ਧਰਤੀ ਦੇ ਉੱਤੇ ਅਜੇ ਵੀ ਬੰਧੂਆ ਮਜ਼ਦੂਰੀ ਜਿਹੜੀ ਆ ਉਹ ਆਪਣਾ ਸਿਰ ਜਿਹੜਾ ਵਾ ਉਹ ਨਹੀਂ ਚੁੱਕ ਪਾ ਰਹੀ। ਦੂਸਰੀ ਗੱਲ, ਕਿਸਾਨ ਮਜ਼ਦੂਰ ਏਕਤਾ ਬਹੁਤ ਵਧੀਆ ਗੱਲ ਆ ਲੇਕਿਨ ਮਜ਼ਦੂਰ ਤਾਂ ਸਿਰਫ ਇੱਕ ਬੰਧੂਆ ਮਜ਼ਦੂਰੀ ਦੀ ਤਰ੍ਹਾਂ ਬਾਹਰ ਆ ਰਿਹਾ ਵਾ ਨਾ, ਉਹਨੂੰ ਉਹਦੇ ਹੱਕ ਕਿੱਥੇ ਮਿਲ ਰਹੇ ਆ? ਜੀ ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਮਹਾਰਾਜਾ ਪਟਿਆਲਾ ਜਿਹੜਾ ਕਿ ਸਾਡੇ ਅਮਰਿੰਦਰ ਸਿੰਘ ਨੇ ਉਹਨਾਂ ਦੇ ਜਿਹੜੇ ਆ ਅਮਰਿੰਦਰ ਸਿੰਘ ਦੇ ਪਟਿਆਲੇ ਸ਼ਹਿਰ ਦੀ ਹੈ ਜਿਹੜੀ ਆ ਵਾਰਦਾਤ ਨੇ ਉੱਥੋਂ ਦੇ ਜਿਹੜੇ ਇਲਾਕੇ ਦੀ ਆ ਉੱਥੋਂ ਦਾ ਕੋਈ ਪਿੰਡ ਹੈ ਜਿੱਥੋਂ ਦਾ ਜਿਹੜਾ ਕੀ ਹੈ ਜਿਹੜਾ ਪ੍ਰਤਾਪ ਹੈ ਜਿਸ ਨੂੰ ਜਿਹੜਾ ਬੰਧੂਆ ਮਜ਼ਦੂਰ ਬਣਾਇਆ ਗਿਆ ਅਤੇ ਪ੍ਰਤਾਪ ਅੱਗੇ ਪਤਾ ਨਹੀਂ ਹਜ਼ਾਰਾਂ ਜਿਹੜੇ ਨੌਜਵਾਨ ਨੇ ਜਿਹੜਾ ਕਿ ਬੰਧੂਆ ਮਜ਼ਦੂਰ ਬਣਾ ਕੇ ਜਿਨ੍ਹਾਂ ਨੂੰ ਜਿਹੜੀ ਮਜ਼ਦੂਰੀ ਕਰਾਈ ਜਾ ਰਹੀ ਹੈ, ਸਾਡੀ ਪ੍ਰਸ਼ਾਸਨ ਗਾੜੀ ਮੰਗ ਆ ਵੀ ਵੱਧ ਤੋਂ ਵੱਧ ਇਹਨਾਂ ਨੂੰ ਜਿਹੜਾ ਆਜ਼ਾਦ ਕਰਾਉਣਾ ਚਾਹੀਦਾ ਵਾ ਤਾਂ ਜੋ ਕਿ ਇਹ ਜਿਹੜੇ ਆਪਣੇ ਪਰਿਵਾਰਾਂ ਨੂੰ ਮਿਲ ਸਕਣ ਕਿਉਂਕਿ ਪ੍ਰਤਾਪ ਦੇ ਅੱਜ ਪਰਿਵਾਰ ਵਿੱਚ ਕਿਤੇ ਕਿਤੇ ਜਿਹੜੀ ਆਸ ਦੀ ਜਿਹੜੀ ਕਿਰਨ ਜਾਗੀ ਆ, ਅੱਜ ਉਸਦੇ ਪਰਿਵਾਰ ਜਿਹੜੇ ਨੇ ਜਿੱਥੇ ਖੁਸ਼ੀ ਵੀ ਆ ਉੱਥੇ ਗਮੀ ਵੀ ਆ ਵੀ ਜੇਕਰ ਪ੍ਰਤਾਪ ਸਾਡੇ ਪਰਿਵਾਰ ਦੇ ਨਾਲ ਹੁੰਦਾ ਸਾਡੇ ਨਾਲ ਹੁੰਦਾ ਤੇ ਅੱਜ ਸ਼ਾਇਦ ਇਸ ਪਰਿਵਾਰ ਦੇ ਨਾਲ ਘਰ ਦੇ ਜਿਹੜੇ ਧੋਤੇ ਧੋ ਜਾਣੇ ਸੀ ਅਤੇ ਘਰ ਦਾ ਜਿਹੜਾ ਮਾਹੌਲ ਜਿਹੜਾ ਉਹ ਚੰਗਾ ਜਾਣਾ ਸੀ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।